ਬੀਜੇਪੀ ਹੈ ਮੁਕਾਬਲੇ 'ਚ ਇਸ ਵਾਰ? ਬੀਜੇਪੀ ਬਿਲਕੁਲ ਮੁਕਾਬਲੇ, ਆਪਸੀ ਭਾਈਚਾਰੇ ਨੂੰ ਮਜ਼ਬੂਤ ਕਰਨ ਨੂੰ, ਅਕਾਲੀਆਂ ਨੂੰ ਵੱਡਾ ਭਾਈ ਬਣ ਕੇ, ਅਸੀਂ ਤਾਂ ਪੇਂਡੂ ਭਾਸ਼ਾ 'ਚ ਉਹਨੂੰ ਕਹਿੰਦੇ ਹਾਂ ਸੀਰੀ, ਅਸੀਂ ਤਾਂ ਨੌਕਰਾਂ ਵਾਲਾ ਕੰਮ ਕੀਤਾ ਹੈ, ਭਾਈ ਵਾਲੀ ਅੱਧ ਅੱਧ ਹੀ ਹੁੰਦੀ ਹੈ। ਅਤੇ ਅਕਾਲੀ ਦਲ ਨਾਲ ਨੁਕਸਾਨ ਹੋਇਆ ਤੁਹਾਨੂੰ? ਦੇਖੋ, ਗੱਲ ਇਹ ਹੈ ਕਿ ਅਕਾਲੀ ਦਲ ਨੇ ਬਹੁਤ ਸਾਰੀਆਂ ਜਿਹੜੀਆਂ ਨਾ, ਮੈਂ ਸਮਝਦਾ ਜੋ ਸਿੱਖ ਭਾਵਨਾਵਾਂ ਆਈਆਂ ਸੀਗੀਆਂ, ਉਹਨਾਂ ਭਾਵਨਾਵਾਂ 'ਤੇ ਅਕਾਲੀ ਦਲ ਖਰਾ ਨਹੀਂ ਉੱਤਰ ਸਕਿਆ। ਗੱਠਜੋੜ ਦੀ ਚਰਚਾ ਤਾਂ ਫਿਰ ਚੱਲਦੀ ਪਈ ਸੀ ਕਿ ਅਲਾਇੰਸ ਹੋ ਜਾਏਗਾ। ਦੋਸਤੀ ਅਸੂਲਾਂ 'ਤੇ ਹੁੰਦੀ, ਉਹ ਅਸੂਲ ਜਿਹੜੇ ਆ ਉਹ ਸਾਡੇ ਸ਼ਾਇਦ ਜਿਹੜੇ ਆ ਨਾ ਇੱਕ ਦੂਜੇ ਨਾਲ, ਅਸੀਂ ਪੰਜਾਬ ਅਮਨ ਚਾਹੁੰਦੇ ਹਾਂ, ਅਸੀਂ ਪੰਜਾਬ ਦਾ ਵਿਕਾਸ ਚਾਹੁੰਦੇ ਹਾਂ, ਅਸੀਂ ਨਹੀਂ ਚਾਹੁੰਦੇ ਕਿ ਕਿਸੇ ਵੀ ਤਰ੍ਹਾਂ ਰਿਲੀਜੀਅਸ ਦੇ ਨਾਂ 'ਤੇ ਐਕਸਪਲੋਇਟੇਸ਼ਨ ਹੋਵੇ। ਅੰਮ੍ਰਿਤਪਾਲ ਸਿੰਘ ਵੀ ਚੋਣ ਲੜ ਰਹੇ ਨੇ ਇਸ ਵਾਰ ਖਡੂਰ ਸਾਹਿਬ ਤੋਂ। ਦੇਖੋ, ਹਰ ਇੱਕ ਨੂੰ ਹੱਕ ਹੈ ਇਲੈਕਸ਼ਨ ਲੜਨ ਦਾ। ਬਿਲਕੁਲ, ਤੁਲਨਾ ਜਦੋਂ ਹੋਈ ਜਰਨੈਲ ਸਿੰਘ ਭਿੰਡਰਾਂ ਵਾਲੇ ਅਤੇ ਅੰਮ੍ਰਿਤਪਾਲ ਸਿੰਘ ਦੀ, ਉਸ ਤੁਲਨਾ ਨੂੰ ਤੁਸੀਂ ਕਿਵੇਂ ਵੇਖਦੇ? ਇੱਕ ਨੌਜਵਾਨ ਮੁੰਡਾ ਬਾਹਰੋਂ ਆਉਂਦਾ ਹੈ, ਅੰਮ੍ਰਿਤ ਛਕਣ ਜਾਂਦਾ ਹੈ, ਅਤੇ ਉਹ ਸਾਰੀ ਮੀਡੀਆ ਕਵਰ ਕਰ ਦਿੰਦੀ ਹੈ ਕਿ ਇੱਕ ਨੇ ਅੰਮ੍ਰਿਤ ਛਕ ਲਿਆ। ਹਾਲੇ ਤਾਂ ਮੇਰੇ ਕੇਸ ਵੀ ਨਹੀਂ ਰੱਖੇ ਗਏ ਅਤੇ ਮੈਂ ਧਰਮ ਪ੍ਰਚਾਰ ਨੂੰ ਤੁਰ ਪਿਆ ਅਤੇ ਮੈਂ ਅੰਮ੍ਰਿਤ ਵੀ ਛਕ ਲਿਆ। ਹਾਂਜੀ, ਤਾਂ ਉਹ ਕਾਹਦੇ ਲਈ ਸੀ? ਦੈਟ ਵਾਸ ਨਾਟ ਦੀ ਇਸ਼ੂ। ਪਹਿਲਾਂ ਤਾਂ ਆਪ ਚੰਗੇ ਬਣੋ, ਬਾਣੀ ਪੜ੍ਹੋ, ਨਿਮਰਤਾ ਲਿਆਓ, ਸੱਚ ਸੰਤੋਖ ਵਿਚਾਰ, ਇਹ ਦੇਵਤਿਆਂ ਦਾ ਧਰਮ ਹੈ। ਗੁਰਬਾਣੀ ਕਹਿੰਦੀ ਹੈ, ਬਲਿਹਾਰੀ ਗੁਰ ਆਪਣੇ ਦਿਹਾੜੀ ਸਦਵਾਰ, ਜਿਨ ਮਾਨਸ ਅਤੇ ਦੇਵਤੇ ਕੀ ਹੈ ਕਰਤ ਨਾ ਲਾਗੀ ਵਾਰ। ਜਿਹੜੇ ਦੇਵਤੇ ਆ ਉਹ ਗੁਰਦੁਆਰਿਆਂ 'ਚ ਜਾ ਕੇ ਜਿਹੜੇ ਆ ਰੌਲਾ ਰੱਪਾ ਨਹੀਂ ਪਾਉਂਦੇ। ਅਕਾਲੀ ਦਲ ਦੇ ਲੀਡਰ ਇਲਜ਼ਾਮ ਲਗਾਉਂਦੇ ਨੇ ਕਿ ਸਾਜ਼ਿਸ਼ ਦੇ ਤਹਿਤ ਅੰਮ੍ਰਿਤਪਾਲ ਨੂੰ ਭੇਜਿਆ ਗਿਆ ਹੈ, ਤਾਂ ਵਿਰਸਾ ਸਿੰਘ ਮਲਟੋਹਾ ਨੇ ਇਹ ਵੀ ਕਿਹਾ ਕਿ RSS ਦੇ ਲੀਡਰ ਜੋ ਨੇ ਅੰਮ੍ਰਿਤਪਾਲ ਸਿੰਘ ਨੂੰ ਜੇਲ੍ਹ 'ਚ ਮਿਲ ਗਏ। ਅਸੀਂ ਸਾਜ਼ਿਸ਼ਾਂ ਕਰਨ ਵਾਲੇ ਨਹੀਂ, ਅਸੀਂ ਸੇਵਾ ਕਰਨ ਵਾਲੇ ਲੋਕ। ਸਤਿ ਸ਼੍ਰੀ ਅਕਾਲ, ਮੈਂ ਹਰਸ਼ਦੀਪ ਕੌਰ, ਤੁਸੀਂ ਦੇਖ ਰਹੇ ਹੋ ਪੰਜਾਬ ਤੱਕ। ਅੱਜ ਸਾਡੇ ਨਾਲ ਨੇ ਇਕਬਾਲ ਸਿੰਘ ਲਾਲਪੁਰਾ ਜੀ, ਬੀਜੇਪੀ ਦੇ ਸੀਨੀਅਰ ਲੀਡਰ, ਘੱਟ ਗਿਣਤੀ ਕਮਿਸ਼ਨ ਦੇ ਚੇਅਰਪਰਸਨ, ਅਤੇ ਚਰਚਿਤ ਰਹੇ ਜਦੋਂ ਸਾਲ 1981 'ਚ ਇਹਨਾਂ ਨੇ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਗ੍ਰਿਫਤਾਰੀ ਕੀਤੀ। ਖੈਰ, ਅੱਜ ਅਸੀਂ ਗੱਲ ਕਰਾਂਗੇ ਪੰਜਾਬ ਨੂੰ ਲੈ ਕੇ। ਪੰਜਾਬ 'ਚ ਬੀਜੇਪੀ ਪੈਰ ਜਮਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਪਰ 2024 ਬੀਜੇਪੀ ਲਈ ਕੈਸਾ ਹੋਵੇਗਾ, ਇਸ ਬਾਰੇ ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਸਰ, ਬਹੁਤ ਬਹੁਤ ਸਵਾਗਤ ਪੰਜਾਬ ਤੱਕ ਤੇ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਸਰ, ਪੰਜਾਬ 'ਚ ਕੀ ਚੱਲ ਰਿਹਾ? ਦੇਖੋ, ਇਲੈਕਸ਼ਨ ਦਾ ਸਮਾਂ, 4 ਮੇਜਰ ਪਾਰਟੀਆਂ ਇਲੈਕਸ਼ਨ ਦੇ ਵਿੱਚ ਹੈਗੀਆਂ ਨੇ। ਆਮ ਆਦਮੀ ਪਾਰਟੀ ਆਲਰੇਡੀ ਉੱਥੇ ਸਰਕਾਰ ਦੇ ਵਿੱਚ ਹੈ, ਕਾਂਗਰਸ, ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ, BSP, ਹੋਰ ਵੀ ਕੁਛ ਲੋਕ ਆਪਣੇ ਆਪਣੇ ਢੰਗ ਨਾਲ ਅੱਗੇ ਨੇ, ਲੇਕਿਨ ਮੇਜਰ ਇਹ 4 ਪਾਰਟੀਆਂ। ਬੀਜੇਪੀ ਹੈ ਮੁਕਾਬਲੇ 'ਚ ਇਸ ਵਾਰ? ਬੀਜੇਪੀ ਬਿਲਕੁਲ ਮੁਕਾਬਲੇ 'ਚ ਹੈ, ਬੀਜੇਪੀ ਬਿਲਕੁਲ ਮੁਕਾਬਲੇ 'ਚ ਹੈ, ਔਰ ਅੱਛੀ ਤਰ੍ਹਾਂ ਮੁਕਾਬਲੇ 'ਚ ਹੈ। ਪੰਜਾਬ 'ਚ ਕਾਂਗਰਸ ਦੀ ਸਰਕਾਰ ਵੀ ਬਣੀ, ਮੈਂ 2019 ਦੀ ਗੱਲ ਕਰਾਂ, 8 ਸੀਟਾਂ ਕਾਂਗਰਸ ਜਿੱਤੀ ਹੈ, ਅਤੇ ਲਗਾਤਾਰ ਕਾਂਗਰਸ ਦੀ ਐਕਸੈਪਟੈਂਸ ਬਣੀ, ਪਰ ਅਕਾਲੀ ਬੀਜੇਪੀ ਦਾ ਗੱਠਜੋੜ ਰਿਹਾ। ਉਦੋਂ ਬੀਜੇਪੀ ਜਦੋਂ ਛੋਟੇ ਭਰਾ ਦੇ ਤੌਰ 'ਤੇ ਵਿਚਰਦੀ ਰਹੀ ਤਾਂ ਹਾਂ ਕੁਛ ਸੀਟਾਂ ਆਉਂਦੀਆਂ ਰਹੀਆਂ, ਪਰ ਹਾਲਾਂਕਿ ਬੀਜੇਪੀ ਦਾ ਜ਼ਿਆਦਾ ਸ਼ੇਅਰ ਨਹੀਂ ਰਿਹਾ, ਪਰ ਹੁਣ 2024 'ਚ ਅਸੀਂ ਬੀਜੇਪੀ ਨੂੰ ਕਿੱਥੇ ਦੇਖਦੇ ਹਾਂ? ਦੇਖੋ, ਪਹਿਲੀ ਗੱਲ ਤਾਂ ਜਿਹੜੀ ਆਪ ਜੀ ਕਰ ਰਹੇ ਹੋ, 1967 'ਚ ਪਹਿਲੀ ਨੋਨ ਕਾਂਗਰਸ ਗਵਰਨਮੈਂਟ ਬਣੀ ਸੀ ਨਵੇਂ ਪੰਜਾਬ ਦੇ ਵਿੱਚ। ਜਸਟਿਸ ਗੁਰਨਾਮ ਸਿੰਘ ਚੀਫ ਮਿਨਿਸਟਰ ਬਣਿਆ, ਸ਼੍ਰੀ ਬਲਰਾਮ ਜੀ ਦਾਸ ਟੰਡਨ ਭਾਰਤੀ ਜਨ ਸੰਘ ਤੋਂ ਡਿਪਟੀ ਚੀਫ ਮਿਨਿਸਟਰ ਬਣੇ, ਬਾਕੀ ਮਿਨਿਸਟਰ ਵੀ ਬਣੇ। ਲੇਕਿਨ 96 ਦੇ ਵਿੱਚ ਅਸੀਂ ਜਦੋਂ ਇਹ ਸਾਰਾ ਹੋਇਆ, ਫਿਰ ਅਸੀਂ ਡਿਸਾਈਡ ਕੀਤਾ ਕਿ ਇਨ ਦੀ ਇੰਟਰਸਟ ਆਫ ਪੰਜਾਬ, ਆਪਸੀ ਭਾਈਚਾਰੇ ਨੂੰ ਮਜ਼ਬੂਤ ਕਰਨ ਨੂੰ, ਅਕਾਲੀਆਂ ਨੂੰ ਵੱਡਾ ਭਾਈ ਬਣ ਕੇ, ਅਸੀਂ ਤਾਂ ਪੇਂਡੂ ਭਾਸ਼ਾ 'ਚ ਉਹਨੂੰ ਕਹਿੰਦੇ ਹਾਂ ਸੀਰੀ, ਅਸੀਂ ਤਾਂ ਨੌਕਰਾਂ ਵਾਲਾ ਕੰਮ ਕੀਤਾ, ਭਾਈ ਵਾਲੀ ਅੱਧ ਅੱਧ ਹੀ ਹੁੰਦੀ ਹੈ। ਉਹਨਾਂ ਦਾ ਜਿਹੜੀਆਂ ਸੀਟਾਂ ਸੀ ਉਹ
ਅਸੀਂ ਤਾਂ 23 ਸੀਟਾਂ 'ਤੇ ਲੜਦੇ ਸੀ ਅਤੇ ਉਹ 94 'ਤੇ ਲੜਦੇ ਸੀਗੇ ਅਤੇ ਅਸੀਂ ਤਾਂ ਡਿਪਟੀ ਚੀਫ ਮਿਨਿਸਟਰ ਜਿਹੜਾ 1967 'ਚ ਮੰਗਦੇ ਸੀ ਅਸੀਂ ਤਾਂ ਉਹ ਵੀ ਸਰੈਂਡਰ ਕਰ ਦਿੱਤਾ। ਅਤੇ ਅਕਾਲੀ ਦਲ ਨਾਲ ਨੁਕਸਾਨ ਹੋਇਆ ਤੁਹਾਨੂੰ? ਦੇਖੋ ਗੱਲ ਇਹ ਹੈ ਕਿ ਅਕਾਲੀ ਦਲ ਨੇ ਬਹੁਤ ਸਾਰੀਆਂ ਜਿਹੜੀਆਂ ਨਾ ਮੈਂ ਸਮਝਦਾ ਜੋ ਸਿੱਖ ਭਾਵਨਾਵਾਂ ਆਈਆਂ ਸੀਗੀਆਂ ਉਹਨਾਂ ਭਾਵਨਾਵਾਂ 'ਤੇ ਅਕਾਲੀ ਦਲ ਖਰਾ ਨਹੀਂ ਉਤਰ ਸਕਿਆ। ਜੇ ਉਹ ਖਰੇ ਉਤਰਦੇ ਤਾਂ ਸ਼ਾਇਦ ਇਹ ਸਥਿਤੀ ਨਾ ਆਉਂਦੀ। ਜਦੋਂ ਇੱਕ ਪਾਰਟੀ 75 ਸੀਟਾਂ 1997 'ਚ ਜਿੱਤੀ ਹੈ, 75 ਸੀਟਾਂ 1985 'ਚ ਜਿੱਤੀ ਹੈ, ਔਰ ਜਿਹੜੀਆਂ ਮੇਜਰ 1998 'ਚ ਸਾਰੀਆਂ ਸੀਟਾਂ ਭਾਰਤੀ ਜਨਤਾ ਪਾਰਟੀ BJP ਗਠਬੰਧਨ ਲੋਕ ਸਭਾ ਦੀਆਂ ਜਿੱਤ ਜਾਂਦਾ ਹੈ, ਅਤੇ ਫਿਰ ਕੀ ਐਸੀ ਗਲਤੀ ਹੋਈ ਜਿਹੜੀਆਂ ਚੀਜ਼ਾਂ ਤੋਂ ਲੋਕ ਉਹਨਾਂ ਤੋਂ ਆਸ ਕਰਦੇ ਸੀ। ਮੈਂ ਵੀ ਇੱਕ ਸਿੱਖ ਹੈ, ਅਸੀਂ ਵੀ ਆਸ ਕਰਦੇ ਸੀ ਕਿ ਜਿਹਨਾਂ ਬੰਦਿਆਂ ਨੇ ਬੇਗੁਨਾਹ ਲੋਕਾਂ ਨੂੰ ਮਾਰਿਆ ਉਹਨਾਂ ਨੂੰ ਪਿੱਛੇ ਕੀਤਾ ਜਾਵੇ, ਜਿਹਨਾਂ 'ਤੇ ਦੋਸ਼ ਹੈਗੇ ਆ ਜਿਹੜੇ। ਲੇਕਿਨ ਉਹ ਬੰਦੇ ਅੱਗੇ ਲੱਗ ਗਏ, ਫਿਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ। ਅੱਜ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼, ਜਿਹਨੂੰ ਅਸੀਂ ਲਿਵਿੰਗ ਗੁਰੂ ਹੈ ਸਾਡੇ, ਅਤੇ ਉਹਨਾਂ ਦਾ ਪ੍ਰਕਾਸ਼ ਸਾਰੀ ਦੁਨੀਆ 'ਚ ਹੈ। ਲੇਕਿਨ ਪੰਜਾਬ ਦੇ ਵੀ ਲਗਾਤਾਰ ਸਿੱਖਾਂ ਦੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਰਹੀ ਹੈ। ਪਰ ਤੁਸੀਂ ਵੀ ਉਦੋਂ ਪਾਰਟ ਸੀ ਅਕਾਲੀ ਦਲ ਦੀ ਸਰਕਾਰ ਦਾ, ਜਿਹੜੀ 2015 ਤੋਂ ਲੈ ਕੇ 2017 ਤੱਕ ਰਹੀ ਹੈ। ਪੰਜਾਬ ਨੇ ਬੇਅਦਬੀਆਂ ਦਾ ਮਾੜਾ ਦੌਰ 2015 'ਚ ਦੇਖਿਆ, ਤੁਹਾਡੇ ਵੱਲੋਂ ਵੀ ਕੋਈ ਖਾਸ ਆਵਾਜ਼ ਨਹੀਂ ਚੁੱਕੀ ਗਈ? ਨਹੀਂ, ਅਸੀਂ ਤਾਂ ਪਾਰਟ ਸੀ ਉਸ ਸਰਕਾਰ। ਦੇਖੋ, ਮੈਂ ਸ਼ਾਇਦ ਬਹੁਤੇ ਲੋਕਾਂ ਨੂੰ ਪਤਾ ਨਹੀਂ, ਜਦੋਂ ਬੇਅਦਬੀ 2015 'ਚ ਹੋਈ ਹੈ, ਜਦੋਂ ਉੱਥੇ ਦੋਸ਼ ਲੱਗੇ ਹੈ, ਅਤੇ ਉਸ ਵੇਲੇ ਦੇ DGP ਨੂੰ ਹਟਾਉਣ ਵਾਸਤੇ ਭਾਰਤੀ ਸੁਮੇਧ ਸੈਣੀ ਨੂੰ ਭਾਰਤੀ ਜਨਤਾ ਪਾਰਟੀ ਨੇ ਹੀ ਆਖਿਆ ਸੀ। ਰਾਦਰ ਮੈਂ ਉਹਦਾ ਇੱਕ ਪਾਰਟ ਸੀਗਾ ਕਿ ਜੇਕਰ ਲੋਕਾਂ ਦਾ ਕੌਨਫੀਡੈਂਸ ਵਿਨ ਓਵਰ ਕਰਨਾ ਹੈ ਤਾਂ ਤੁਸੀਂ ਉਹਨੂੰ ਕਰੋ। ਲੇਕਿਨ ਅਸੀਂ ਤਾਂ ਕਹਿ ਹੀ ਸਕਦੇ ਸੀ, ਸਾਡੀ ਕੋਈ ਇੰਨੀ ਸਟਰੈਂਥ ਨਹੀਂ ਸੀ। ਫਿਰ ਵੀ ਸਾਡਾ ਵੱਡਾ ਇੰਟਰਸਟ ਇਹ ਸੀ ਕਿ ਆਪਸੀ ਭਾਈਚਾਰਾ ਮਜ਼ਬੂਤ ਰਹਿਣਾ ਚਾਹੀਦਾ, ਸਾਨੂੰ ਮਿਲ ਕੇ ਕੰਮ ਕਰਨਾ ਚਾਹੀਦਾ। ਉਹ ਕੰਮ 'ਚ ਕਿਤੇ ਨਾ ਕਿਤੇ ਜਿਹੜੀ ਹੈ ਨਾ ਅਕਾਲੀ ਦਲ ਗਲਤੀ ਖਾ ਗਿਆ। ਫਿਰ ਜਿਹੜੀਆਂ ਨੇ ਅਸੀਂ ਤਾਂ ਕਹਿ ਹੀ ਸਕਦੇ ਸੀ, ਇਹ ਵੀ ਇੱਕ ਧਰਮ ਹੁੰਦਾ ਗਠਬੰਧਨ ਦਾ ਕਿ ਤੁਸੀਂ ਪਬਲਿਕਲੀ ਰੌਲਾ ਨਹੀਂ ਪਾ ਸਕਦੇ ਕਿ ਅਸੀਂ ਇਹ ਗੱਲ ਕੀਤੀ ਹੈ। ਸੋ ਅਸੀਂ ਆਪਣੀ ਗੱਲ ਕਰਦੇ ਰਹੇ ਹਾਂ ਔਰ ਉਹਨਾਂ ਨੂੰ ਇਸ ਗੱਲ ਤੋਂ ਸਮਝਾਉਂਦੇ ਵੀ ਰਹੇ ਹਾਂ। ਸਾਡੇ ਤਾਂ ਆਪਣੇ ਮਿਨਿਸਟਰਾਂ 'ਤੇ ਹਮਲੇ ਹੁੰਦੇ ਰਹੇ, ਅਨਿਲ ਜੋਸ਼ੀ ਜੀ ਦੇ ਫੈਮਿਲੀ 'ਤੇ ਹਮਲਾ ਹੋਇਆ, ਸਾਰਾ ਕੁਛ ਹੋਇਆ। ਹੁਣ ਅਨਿਲ ਜੋਸ਼ੀ ਜੀ ਅਕਾਲੀ ਦਲ ਚਲੇ ਗਏ, ਅੰਮ੍ਰਿਤਸਰ ਤੋਂ ਚੋਣ ਲੜ ਰਹੇ ਨੇ, ਲੇਕਿਨ ਉਹ ਇਹ ਤਾਂ ਇਟਸ ਪਾਰਟ ਆਫ ਰਿਕਾਰਡ। ਸੋ ਇਸ ਕਰਕੇ ਅੱਜ ਵੀ ਲੋੜ ਹੈ ਪੰਜਾਬ ਦੇ ਵਿੱਚ ਅਮਨ ਦੀ, ਸ਼ਾਂਤੀ ਦੀ, ਆਪਸੀ ਭਾਈਚਾਰੇ ਨੂੰ ਮਜ਼ਬੂਤ ਕਰਨ ਦੀ, ਕਿਉਂਕਿ ਅਸੀਂ ਇੱਕੋ ਹੀ ਹਾਂ, ਸਾਡਾ ਸਾਂਝਾ ਪੰਜਾਬ ਹੈ। ਅਮਨ ਭਾਈਚਾਰਾ ਕੀ ਇਹ BJP ਕਾਇਮ ਕਰ ਪਾਊਗੀ ਪੰਜਾਬ 'ਚ? ਬਿਲਕੁਲ 100%। ਅਕਾਲੀ BJP ਗੱਠਜੋੜ ਟੁੱਟ ਗਿਆ ਅਤੇ ਪਹਿਲੀ ਚੋਣ ਹੈ ਤੁਹਾਡਾ ਗੱਠਜੋੜ ਟੁੱਟਣ ਤੋਂ ਬਾਅਦ 2024 ਦੀ ਲੋਕ ਸਭਾ ਚੋਣ। ਸੋ ਗੱਠਜੋੜ ਦੀ ਚਰਚਾ ਤਾਂ ਫਿਰ ਚੱਲਦੀ ਪਈ ਸੀ ਕਿ ਅਲਾਇੰਸ ਹੋ ਜਾਏਗਾ, ਫਿਰ ਗੱਲ ਕਿੱਥੇ ਅੜੀ, ਕਿਉਂ ਨਹੀਂ ਬਣ ਪਾਈ? ਦੇਖੋ, ਰਾਜਨੀਤੀ ਦੇ ਵਿੱਚ ਗੱਲਾਂ ਚੱਲਦੀਆਂ ਰਹਿੰਦੀਆਂ ਨੇ, ਕੋਈ ਪਰਮਾਨੈਂਟ ਦੁਸ਼ਮਣ ਨਹੀਂ ਹੁੰਦਾ, ਕੋਈ ਪਰਮਾਨੈਂਟ ਦੋਸਤ ਨਹੀਂ ਹੁੰਦਾ। ਰਾਜੀ ਨਾਲ ਇਹ ਗੱਲਾਂ ਚੱਲਣੀਆਂ ਵੀ ਚਾਹੀਦੀਆਂ ਨੇ, ਐਸੀ ਗੱਲ ਨਹੀਂ ਹੈ, ਲੇਕਿਨ ਦੋਸਤੀ ਅਸੂਲਾਂ 'ਤੇ ਹੁੰਦੀ ਹੈ। ਉਹ ਅਸੂਲ ਜਿਹੜੇ ਆ ਉਹ ਸਾਡੇ ਸ਼ਾਇਦ ਜਿਹੜੇ ਆ ਨਾ ਇੱਕ ਦੂਜੇ ਨਾਲ, ਅਸੀਂ ਪੰਜਾਬ 'ਚ ਅਮਨ ਚਾਹੁੰਦੇ ਹਾਂ, ਅਸੀਂ ਪੰਜਾਬ ਦਾ ਵਿਕਾਸ ਚਾਹੁੰਦੇ ਹਾਂ, ਅਸੀਂ ਨਹੀਂ ਚਾਹੁੰਦੇ ਕਿ ਕਿਸੇ ਵੀ ਤਰ੍ਹਾਂ ਰਿਲੀਜੀਅਸ ਦੇ ਨਾਂ 'ਤੇ ਐਕਸਪਲੋਇਟੇਸ਼ਨ ਹੋਵੇ। ਅਤੇ ਉਹੀ ਗੱਲ ਤਾਂ ਅਕਾਲੀ ਦਲ ਕਹਿੰਦਾ ਕਿ ਅਸੀਂ ਰੀਜਨਲ ਪਾਰਟੀ ਹਾਂ, ਉਹ ਬਾਹਰੋਂ ਪਾਰਟੀਆਂ ਆਉਣਗੀਆਂ, ਬਾਹਰੋਂ ਰਾਜ ਕਰਨਗੀਆਂ, ਅਸੀਂ ਤਾਂ
ਠੇਤਰੀ ਪਾਰਟੀ ਆ, ਇਸਨੂੰ ਮੌਕਾ ਦੇਣਾ ਚਾਹੀਦਾ, ਅਸੀਂ ਅਮਨ ਭਾਈਚਾਰਾ ਕਾਇਮ ਰੱਖਾਂਗੇ। ਸੋ ਗੱਲ ਤੁਸੀਂ ਥੋੜ੍ਹਾ ਸਮਝਾਓ ਕਿ ਗੱਲ ਕਿੱਥੇ ਨਹੀਂ ਬਣੀ, ਤੁਸੀਂ ਚਾਹੁੰਦੇ ਸੀ ਗੱਠਜੋੜ ਹੋਵੇ? ਨਹੀਂ, ਦੇਖੋ ਗੱਲਾਂ ਚੱਲਦੀਆਂ ਨੇ, ਅਸੀਂ ਕਦੇ ਵੀ ਨਾਂ ਨਹੀਂ ਕੀਤੀ, ਪਹਿਲਾਂ ਵੀ ਨਹੀਂ ਕੀਤੀ, ਪਹਿਲਾਂ ਵੀ ਅਸੀਂ ਐਕਸੈਪਟ ਕੀਤਾ ਇਨ ਦੀ ਇੰਟਰਸਟ ਆਫ ਪੰਜਾਬ। ਪਰ ਤੁਹਾਨੂੰ ਲੱਗਦਾ ਤੁਹਾਡੀ ਨਿੱਜੀ ਰਾਏ ਕੀ ਹੈ, ਗੱਠਜੋੜ ਹੋਣਾ ਚਾਹੀਦਾ ਸੀ? ਦੇਖੋ ਮੇਰੀ ਨਿੱਜੀ ਰਾਏ ਤਾਂ ਇਹ ਹੈ ਕਿ ਜੋ ਪੰਜਾਬ ਦਾ ਲੋਕ ਚਾਹੁੰਦੇ ਆ, ਸੀਟਾਂ ਨੂੰ ਲੈ ਕੇ ਗੱਲ ਨਹੀਂ ਬਣੀ ਸੀ ਅਕਾਲੀ ਦਲ ਦੇ ਨਾਲ? ਨਹੀਂ, ਸੀਟਾਂ ਵਾਲੀ ਕੋਈ ਅਸੀਂ ਨਹੀਂ ਹੈਗੀ ਉਧਰ, ਜਿਹੜੀ ਗੱਲਾਂ ਕਹਿੰਦੇ ਸੀ ਕਿ ਇਸ ਵਾਰੀ ਜੋ ਮੀਡੀਆ ਰਿਪੋਰਟਸ ਜਾਂਦਾ ਸੀ, ਜੋ ਸੋਰਸਿਸ ਦੇ ਹਵਾਲੇ ਨਾਲ ਖਬਰਾਂ ਆਉਂਦੀਆਂ ਸੀ, ਉਹ ਇਹ ਕਹਿੰਦੇ ਸੀ ਕਿ ਜ਼ਿਆਦਾ ਸੀਟਾਂ ਬੀਜੇਪੀ ਮੰਗ ਰਿਹਾ ਹੈ ਤੇ ਅਕਾਲੀ ਦਲ ਨਹੀਂ ਚਾਹੁੰਦਾ ਸੀ, ਅਕਾਲੀ ਦਲ ਚਾਹੁੰਦਾ ਸੀ ਬੀਜੇਪੀ ਛੋਟੇ ਭਰਾ ਦੀ ਭੂਮਿਕਾ ਚ। ਦੇਖੋ ਇਸ ਤਰ੍ਹਾਂ ਹੈ ਕਿ ਜਿਹੜੇ ਪਿਛਲੀ ਵਾਰੀ ਇਲੈਕਸ਼ਨ ਹੋਈ ਸੀ ਉਹਦੇ ਵਿੱਚ ਅਕਾਲੀ ਦਲ ਕਿਸੇ ਵੇਲੇ ਬਹੁਤ ਵੱਡੀ ਪਾਰਟੀ ਹੁੰਦੇ ਸੀ, ਮੈਂ ਜਿਵੇਂ ਬੇਨਤੀ ਕੀਤੀ 75 ਸੀਟਾਂ ਲੈ ਗਏ, 75 ਤੋਂ ਘੱਟ ਕੇ ਜਿਹੜਾ 2017 'ਚ ਹਲੇ ਅਸੀਂ ਵੀ ਨਾਲ ਸੀ ਅਤੇ ਉਹਨਾਂ ਦੀ ਸਥਿਤੀ ਇਹ ਆ ਗਈ ਜਿਹੜੀ ਹੈ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਦੂਜੇ ਇਸ਼ੂਸ ਆ ਗਏ, ਸਿੱਖ ਭਾਵਨਾ ਤੋਂ ਖਰੇ ਨਾ ਉਤਰਨ ਕਰਕੇ ਉਹ ਤਾਂ ਜਿਹੜੀ 18 ਸੀਟਾਂ 'ਤੇ ਅਸੀਂ ਆ ਗਏ, ਅਸੀਂ ਅਪੋਜੀਸ਼ਨ ਵੀ ਨਹੀਂ ਰਹਿ ਸਕੇ, ਆਮ ਆਦਮੀ ਪਾਰਟੀ ਅਪੋਜੀਸ਼ਨ ਪਾਰਟੀ ਬਣ ਗਈ। ਅੱਜ ਉਹਨਾਂ ਦੀ ਸਥਿਤੀ ਇਹ ਆ ਕਿ ਉਹਨਾਂ ਦੇ 3 MLA ਹੈਗੇ ਜਿਹੜੇ, ਕੀ ਗੱਲ ਹੈ ਉਹ ਤਾਂ ਉਹਨਾਂ ਨੂੰ ਪਤਾ ਹੋਏਗਾ ਉਸ ਗੱਲ ਕਿਉਂ ਨਾਰਾਜ਼ ਨੇ ਲੋਕ, ਅਸੀਂ ਉਹਨਾਂ 'ਤੇ ਮੈਂ ਕਮੈਂਟ ਨਹੀਂ ਕਰਾਂਗਾ, ਪਰ ਅਸੀਂ ਚਾਹੁੰਦੇ ਹਾਂ ਕਿ ਲੋਕਾਂ ਦਾ ਵਿਸ਼ਵਾਸ ਬਣੇ। ਲੋਕਾਂ ਨੇ ਕਾਂਗਰਸ ਨੂੰ ਰਿਜੈਕਟ ਕੀਤਾ ਦਿੱਲੀ ਦੰਗਿਆਂ ਕਰਕੇ, ਸ਼੍ਰੀ ਅਕਾਲ ਤਖਤ ਸਾਹਿਬ 'ਤੇ ਹਮਲੇ ਕਰਕੇ, ਸ਼੍ਰੀ ਅਕਾਲ ਤਖਤ ਸਾਹਿਬ ਨੂੰ ਢਹਿਢੇਰੀ ਕਰਕੇ, ਜਿਹੜੀਆਂ ਸਿੱਖ ਜਿਹੜੀਆਂ ਮਿਲੀਟੈਂਸੀ ਕਾਂਗਰਸ ਦੀ ਪੰਜਾਬ 'ਚ ਸਰਕਾਰ ਬਣਦੀ ਰਹੀ ਇਹਨਾਂ ਹਾਲਾਤਾਂ ਤੋਂ ਬਾਅਦ। ਉਹਦੇ ਪਿੱਛੇ ਕਾਰਨ ਹੋਰ ਸੀ ਜੀ, ਉਹਦੇ ਪਿੱਛੇ ਕਾਰਨ ਇਹ ਸੀ ਕਿ ਕਾਂਗਰਸ ਦੀ ਹਾਲਾਤ ਇਸ ਕਰਕੇ ਬਣੀ ਕਿ ਅਕਾਲੀ ਦਲ ਜਿਹੜੀਆਂ ਲੋਕ ਆਸ ਕਰਦੇ ਸੀ ਉਹਦੇ 'ਤੇ ਖਰਾ ਨਹੀਂ ਉਤਰ ਸਕਿਆ। ਲੋਕਾਂ ਨੂੰ ਇਹ ਲੱਗਾ ਕਿ ਕੈਪਟਨ ਅਮਰਿੰਦਰ ਸਿੰਘ ਜਿਨ੍ਹਾਂ ਨੇ 1984 'ਚ ਸਿੱਖ ਦਰਬਾਰ ਸਾਹਿਬ ਹਮਲੇ ਦੇ ਅਗੇਂਸਟ ਅਸਤੀਫਾ ਦਿੱਤਾ ਹੈ, ਹੀ ਮੇ ਬੀ ਏ ਬੈਟਰ ਸਿੱਖ ਐਂਡ ਏ ਬੈਟਰ ਐਡਮਿਨਿਸਟ੍ਰੇਟਰ। ਕਾਂਗਰਸ ਨੂੰ ਵੋਟ ਨਹੀਂ ਸੀ ਪਈ, ਇਹ 2 ਵਾਰੀ ਵੋਟਾਂ ਉਹਨਾਂ ਨੂੰ ਪਈਆਂ ਕਿ ਉਹ ਸ਼ਾਇਦ ਬੈਟਰ ਕੰਮ ਕਰ ਸਕਣਗੇ, ਲੇਕਿਨ ਅੱਜ ਕੱਲ੍ਹ ਤਾਂ ਸਾਡੇ ਸਾਥ ਹੈ, ਰਿਜ਼ਲਟ ਬਹੁਤਾ ਵਧੀਆ ਨਹੀਂ ਆਇਆ ਕਾਂਗਰਸ ਨੇ ਦੇ ਕਲਚਰ ਨੇ। ਤੇ ਕੈਪਟਨ ਅਮਰਿੰਦਰ ਸਿੰਘ ਦੇ ਆਉਣ ਨਾਲ ਤੁਹਾਨੂੰ ਫਾਇਦਾ ਹੋਊਗਾ ਬੀਜੇਪੀ ਨੂੰ, ਉਹ ਕੀ ਭੂਮਿਕਾ ਨਿਭਾ ਰਹੇ ਨੇ ਕੈਪਟਨ ਅਮਰਿੰਦਰ ਸਿੰਘ? ਮਹਾਰਾਜ ਕਰੇ, ਉਹ ਜਿੱਤਣ ਜੀ ਉਹਨਾਂ ਦੇ ਮੈਡਮ ਇਲੈਕਸ਼ਨ ਲੜ ਰਹੇ ਆ, ਇਸ ਵੇਲੇ ਉਹਨਾਂ ਦੀ ਥੋੜ੍ਹੀ ਸਿਹਤ ਵੀ ਮੇਰੇ ਖਿਆਲ ਠੀਕ ਨਹੀਂ ਹੈਗੀ, ਅਤੇ ਗੱਲ ਇਹ ਹੈ ਕਿ ਅਸੀਂ ਜਦ ਤੱਕ ਰਿਜ਼ਲਟ ਓਰੀਐਂਟਿਡ ਕੰਮ ਜਿਹੜਾ ਹੋਣਾ ਸੀਗਾ ਉਹ ਹੋਇਆ ਨਹੀਂ ਕਾਂਗਰਸ ਵੱਲੋਂ ਵੀ, ਗੱਲ ਉੱਥੇ ਦੀ ਉੱਥੇ ਖੜੀ ਰਹੀ। ਅੱਜ ਵੀ ਪੰਜਾਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਸਿੱਖਾਂ ਨੂੰ ਇਨਸਾਫ ਦੇਣਾ 1984 ਦੇ ਰਾਇਟਸ ਦੇ ਬਾਅਦ, ਮੈਂ ਐਸ ਚੇਅਰਮੈਨ ਨੈਸ਼ਨਲ ਕਮਿਸ਼ਨ ਸਾਰੇ ਇਸ਼ੂਸ ਜਿਹੜੇ ਹੈ ਇੱਕ ਇੱਕ ਕਰਕੇ ਪਿਛਲੇ 3 ਸਾਲ ਤੋਂ 2.5 ਸਾਲ ਤੋਂ ਲਗਾਤਾਰ 1984 ਰਾਇਟਸ ਦੇ ਜਿਹੜੇ ਵਿਕਟਿਮ ਹੈ ਉਹਨਾਂ ਨੂੰ ਕੰਪਨਸੇਸ਼ਨ ਦਿਵਾਉਣ ਲਈ ਚੁੱਕਿਆ ਲੱਗਾ ਹੋਇਆ। ਬਿਲਕੁਲ, ਤੁਸੀਂ ਮੁੱਦਿਆਂ ਦੀ ਗੱਲ ਕੀਤੀ ਕਿ ਬੀਜੇਪੀ ਇਹ ਮੁੱਦੇ ਚੁੱਕ ਰਹੀ ਹੈ, ਕਾਂਗਰਸ 'ਚ ਜੋ ਇਲਜ਼ਾਮ ਹੈ, ਬੀਜੇਪੀ ਜੋ ਹੈ ਸਿੱਖਾਂ ਦੀ ਮਦਦ ਕਰ ਰਹੀ ਹੈ, ਉਹ ਭਰਪਾਈ ਦੀ ਕੋਸ਼ਿਸ਼ ਕਰ ਰਹੀ ਹੈ, ਪਰ ਬੰਦੀ ਸਿੰਘਾਂ ਦੇ ਮੁੱਦੇ 'ਤੇ ਬੀਜੇਪੀ ਘਿਰਦੀ ਹੈ। ਦੇਖੋ ਬੰਦੀ ਸਿੰਘਾਂ ਦਾ ਇੱਕ ਮੁੱਦਾ ਜਿਹੜਾ ਹੈ ਇਹਨੂੰ ਬੜਾ ਸਮਝਣ ਦੀ ਗੱਲ ਹੈਗੀ ਹੈ। ਬੰਦੀ ਸਿੰਘ ਜਿਹੜੇ ਹੈ ਇੱਕ ਜਿਹੜੇ ਹੈ ਨਾ, ਤਕਰੀਬਨ 7 ਬੰਦੇ ਆ ਜੇਲ੍ਹ ਦੇ ਵਿੱਚ, ਅਸੀਂ ਵੀ ਉਹਨਾਂ ਦਾ ਇਸ਼ੂ ਟੇਕਅਪ ਕਰ ਰਹੇ ਹਾਂ। ਇਸ਼ੂ ਇਜ਼ ਦੇ ਆਰ ਅੰਡਰ ਟਾਡਾ, ਟਾਡਾ ਐਕਟ ਦੇ ਵਿੱਚ ਜਿਹੜੇ ਬੰਦੇ ਹੈ ਕੁਛ ਜਾ ਸਕਦੇ ਸੀਗੇ, ਜਿਵੇਂ ਗੁਰਦੀਪ ਸਿੰਘ ਖੇੜਾ ਦਾ ਕੇਸ ਹੈ ਉਹ ਉੱਥੇ ਕਰਨਾਟਕਾ ਦਾ ਕੇਸ ਹੈ, ਦਵਿੰਦਰ ਸਿੰਘ ਭੁੱਲਰ ਦਾ ਕੇਸ ਹੈ ਉਹ ਇੱਥੋਂ ਦਾ, ਸੈਂਟਰ ਗੌਰਮੈਂਟ ਨੇ
ਉਹਨਾਂ ਨੂੰ ਪੰਜਾਬ 'ਚ ਭੇਜਤਾ, ਕੁਛ ਲੋਕਾਂ ਦੀ ਬੇਲ ਹੋ ਗਈ। ਬਲਵੰਤ ਸਿੰਘ ਰਾਜੋਆਣੇ ਦਾ ਕੇਸ ਸੁਪਰੀਮ ਕੋਰਟ ਦੇ ਵਿੱਚ ਪੈਂਡਿੰਗ ਹੈ ਫਾਂਸੀ ਤੋਂ ਕੱਟ ਕਰਨ ਦਾ। ਸੋ ਅਸੀਂ ਉਹ ਜਿਹੜੇ ਲੀਗਲੀ ਹੈ ਉਹਨਾਂ ਨੂੰ ਸਾਰਿਆਂ ਨੂੰ ਹੱਲ ਕਰਨ ਤੋਂ ਅਸੀਂ ਕਦੇ ਇਹ ਨਹੀਂ ਕਿਹਾ ਕਿ ਅਸੀਂ ਉਹਨਾਂ ਦਾ ਹੱਲ ਨਹੀਂ ਕਰਾਂਗੇ। ਗੱਲ ਇਹ ਹੈ ਕਿ ਇਸ ਕੰਮ ਲਈ ਦੇ ਉੱਤੋਂ ਰਾਜਨੀਤੀ ਕਰਨਾ ਵੀ ਅਸੀਂ ਧਰਨੇ ਮਾਰਾਂਗੇ, ਅਸੀਂ ਇਹਨੂੰ ਇਸ਼ੂ ਬਣਾਵਾਂਗੇ, ਗੱਲ ਉਹ ਇਸ਼ੂ ਜਿਹੜੇ ਹੈ ਇਸ ਤਰ੍ਹਾਂ ਨਹੀਂ ਬਣਾਉਣੇ ਚਾਹੀਦੇ। ਧਾਰਮਿਕ ਇਸ਼ੂ ਉਹ ਹੁੰਦੇ ਆ ਜਿੱਥੇ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਕਿਵੇਂ ਰੋਕੀਏ, ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਪ੍ਰਚਾਰ ਪ੍ਰਸਾਰ ਕਿਵੇਂ ਕਰੀਏ। ਮੋਦੀ ਸਾਹਿਬ ਨੇ ਤਾਂ ਵੀਰ ਬਾਲ ਦਿਵਸ ਮਨਾ ਕੇ ਸਾਰੇ ਦੇਸ਼ ਦੇ ਵਿੱਚ ਅਸੀਂ ਬੱਚਿਆਂ ਦਾ, ਸਾਹਿਬਜ਼ਾਦਿਆਂ ਦਾ ਇਤਿਹਾਸ ਲੋਕਾਂ ਤੱਕ ਲੈ ਕੇ ਗਏ। ਗੁਰੂ ਨਾਨਕ ਸਾਹਿਬ ਦਾ ਗੁਰਪੁਰਬ ਮਨਾ ਕੇ 550 ਸਾਲਾ, ਗੁਰੂ ਤੇਗ ਬਹਾਦਰ ਸਾਹਿਬ ਦਾ, ਗੁਰੂ ਗੋਬਿੰਦ ਸਿੰਘ ਸਾਹਿਬ ਦੇ, ਅਸੀਂ ਸਾਰੇ ਦੇਸ਼ ਛੱਡ ਕੇ ਸਾਰੇ ਵਿਸ਼ਵ ਦੇ ਵਿੱਚ ਗੁਰਬਾਣੀ ਦਾ ਪ੍ਰਚਾਰ ਪ੍ਰਸਾਰ ਦੀ ਗੱਲ ਕਰਦੇ ਹਾਂ। ਬਿਲਕੁਲ, ਦਵਿੰਦਰਪਾਲ ਸਿੰਘ ਭੁੱਲਰ ਦੀ ਗੱਲ ਕਰੀਏ, ਉਸ ਮੁੱਦੇ ਤੇ ਵੀ ਬੀਜੇਪੀ ਜੋ ਹੈ ਉਹ ਸਟੈਂਡ ਨਹੀਂ ਸਪਸ਼ਟ ਕਰ ਪਾ ਰਹੀ। ਦੇਖੋ, ਸਟੈਂਡ ਸਪਸ਼ਟ ਤਾਂ ਇਹ ਹੈ ਕਿ ਜੋ ਅਦਾਲਤੀ ਫੈਸਲਾ ਹੋ ਗਿਆ ਅਸੀਂ ਤਾਂ ਲਿਖ ਕੇ ਦਿੱਤਾ, ਨਾਓ ਦ ਮੈਟਰ ਹੈਜ਼ ਟੂ ਬੀ ਟੇਕਨ ਅਪ ਬਾਈ ਦਾ ਆਮ ਆਦਮੀ ਪਾਰਟੀ। ਉਹ ਤਾਂ ਇਹ ਕਹਿੰਦੇ ਨੇ, ਆਮ ਆਦਮੀ ਪਾਰਟੀ ਤਾਂ ਇਹ ਕਹਿੰਦੀ ਹੈ, ਜੋ ਸਿਲੈਕਸ਼ਨ ਰਿਵਿਊ ਬੋਰਡ ਹੈ ਜੋ ਤਿਹਾੜ ਜੇਲ੍ਹ ਦਾ, ਉਹਦੇ ਵਿੱਚ 7 ਮੈਂਬਰਾਂ 'ਚੋਂ 1 ਆਮ ਆਦਮੀ ਪਾਰਟੀ ਦਾ ਜੋ ਮੰਤਰੀ ਨੇ, ਜੇਲ੍ਹ ਮੰਤਰੀ, ਬਾਕੀ ਜਿਹੜੇ 6 ਨੇ ਉਹ ਬੀਜੇਪੀ ਦੇ ਨੇ। ਉਹ ਤਾਂ ਇਹ ਕਹਿੰਦੇ ਨੇ ਕਿ ਬੀਜੇਪੀ ਜੋ ਹੈ ਸਾਡੇ 'ਤੇ ਗੱਲ ਪਾ ਰਹੀ ਹੈ, ਬੀਜੇਪੀ ਜੋ ਹੈ ਮੈਂ ਟੱਕ ਟੱਕ ਕਰ ਰਹੀ ਹੈ। ਤੁਸੀਂ ਕਦੇ ਉਸ ਮੰਤਰੀ ਦਾ, ਮੰਤਰੀ ਇਜ਼ ਦਾ ਫਾਈਨਲ ਅਥਾਰਟੀ, ਮੰਤਰੀ ਜੀ ਦਾ ਕੋਈ ਡਾਈਸੈਂਟਿੰਗ ਨੋਟ ਦੱਸੋ, ਮੰਤਰੀ ਜੀ ਦੀ ਰਿਕਮੈਂਡੇਸ਼ਨ ਦੱਸੋ। ਉਹ ਤਾਂ ਕਹਿੰਦੇ ਕਿ ਮਤਲਬ ਜੋ ਆਮ ਆਦਮੀ ਪਾਰਟੀ ਦਾਵਾ ਕਰ ਰਹੀ ਹੈ, ਮੈਂ ਕਲੀਅਰਲੀ ਗੱਲ ਕਰ ਰਹੀ ਹਾਂ, ਆਮ ਆਦਮੀ ਪਾਰਟੀ ਉਹ ਕਹ ਰਹੇ ਮੰਤਰੀ ਜੀ ਦੀ ਹੀ ਸਿਰਫ ਹਾਂ ਸੀ, ਬਾਕੀ 6 ਜਿਹੜੇ ਮੈਂਬਰ ਨਹੀਂ। ਮੰਤਰੀ ਜੀ ਦਾ ਨੋਟ ਦਿਖਾਉਣ ਨਾ, ਪੇਸ਼ ਕਰਨ ਵੀ ਆਹ ਮੰਤਰੀ ਜੀ ਨੇ ਲਿਖਿਆ, ਗਵਰਨਰ ਸਾਹਿਬ ਨਾਲ ਗੱਲਬਾਤ ਕੀਤੀ ਹੈ, ਲੈਫਟੀਨੈਂਟ ਗਵਰਨਰ ਸਾਹਿਬ ਨਾਲ, ਅਤੇ ਉਹਨਾਂ ਨੇ ਉਹਦੀ ਗੱਲ ਰਿਜੈਕਟ ਕਰ ਦਿੱਤੀ। ਦੇਖੋ, ਇਹ ਜਿਹੜੀ ਹੈ ਇਹ ਆਮ ਆਦਮੀ ਪਾਰਟੀ ਲੋਕਾਂ ਨੂੰ ਗੁੰਮਰਾਹ ਕਰਕੇ ਜਿਹੜੀ ਆਈ ਹੈ। ਅੱਜ ਆਮ ਆਦਮੀ ਪਾਰਟੀ ਕਹਿ ਰਹੀ ਸੀ ਕਿ ਅਸੀਂ ਮਾਈਨਿੰਗ ਨਹੀਂ ਹੋਣ ਦੇਵਾਂਗੇ। ਮੈਂ ਉੱਥੇ ਜਾ ਕੇ ਆਇਆ, ਮੇਰੇ ਪਿੰਡ ਦੇ ਨਾਲ ਹੀ ਹੈ ਸੜਕ ਜਿਹੜੀ ਆ, ਗੁਰੂ ਗੋਬਿੰਦ ਸਿੰਘ ਮਾਰਗ ਨੂੰ ਜੋੜਦੀ ਹੈ ਜਿਹੜੀ ਆ, ਜਿੱਥੋਂ ਗੁਰੂ ਸਾਹਿਬ ਜਾ ਕੇ ਅੱਗੇ ਗਏ ਹੈ, ਉਹ ਪੁਲੀ ਟੁੱਟ ਗਿਆ ਮਾਈਨਿੰਗ ਦੇ ਨਾਲ, ਔਰ ਉੱਥੇ ਹੈ ਕੋਈ ਆਵਾਜ਼ ਵੀ ਨਹੀਂ ਚੁੱਕ ਸਕਦਾ। ਦੂਜਾ ਪੁਲ ਜਿਹੜਾ ਜੋੜਦਾ ਗੜ੍ਹ ਸ਼ੰਕਰ ਤੋਂ ਦੁਆਬੇ ਨੂੰ, ਮਾਝੇ ਨੂੰ, ਅਨੰਦਪੁਰ ਸਾਹਿਬ ਨਾਲ, ਉਹ ਟੁੱਟਣ ਨੂੰ ਤਿਆਰ ਖੜ੍ਹਾ, ਮਾਈਨਿੰਗ ਹੋ ਰਹੀ ਹੈ, ਔਰ ਉਹਦੇ 'ਚ ਜਿਹੜੀ ਹੈ ਬਹੁਤ ਸਾਰੀਆਂ ਨਸ਼ਿਆਂ ਦਾ ਕਾਰੋਬਾਰ ਹੋ ਰਿਹਾ, ਸ਼ਰਾਬ ਨਾਲ ਲੋਕ ਮਰ ਰਹੇ ਆ। ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਆਮ ਆਦਮੀ ਪਾਰਟੀ ਨੂੰ ਉਹਦੇ 'ਤੇ ਵਿਚਾਰ ਕਰਨੀ ਚਾਹੀਦੀ ਹੈ ਕਿ ਜਿਹੜੇ ਤੁਸੀਂ ਪ੍ਰੋਮਿਸ ਕਰਕੇ ਆਏ ਉਹ ਪ੍ਰੋਮਿਸ ਤੁਸੀਂ ਪੂਰੇ ਕਿਵੇਂ ਕਰਨੇ ਆ। ਉਹ ਤਾਂ ਕਹਿੰਦੇ ਕਿ ਪਿਛਲੀਆਂ ਸਰਕਾਰਾਂ 'ਚ ਇੰਨਾ ਸਭ ਕੁਝ ਹੋ ਗਿਆ, ਸਾਨੂੰ ਤਾਂ ਠੀਕ ਕਰਨ ਨੂੰ ਥੋੜ੍ਹਾ ਸਮਾਂ ਤਾਂ ਲੱਗੂਗਾ, ਅਜੇ ਤਾਂ 2 ਸਾਲ ਹੀ ਹੋਏ ਨੇ, ਲੋਕ ਸਾਨੂੰ ਥੋੜ੍ਹਾ ਵਕਤ ਦੇਣ। ਜਿਹੜਾ ਮੈਂ ਕਹਿੰਦਾ ਵੀ ਜਿਹੜਾ ਜਸਟਿਸ ਹੈ ਨਾ, ਉਹਨੂੰ 2 ਸਾਲ ਨਹੀਂ ਲੱਗਦੇ ਹੁੰਦੇ। ਜਸਟਿਸ ਕਰਨ ਲਈ 1 ਘੰਟੇ ਦੀ ਕੰਮ ਹੈ, 1 ਮਿੰਟ ਦਾ ਕੰਮ ਹੈ, ਯੂ ਹੈਵ ਟੂ ਡਿਸਾਈਡ ਕੇਸ ਬਾਈ ਕੇਸ। ਉਹ ਤਾਂ ਫਿਰ ਲੋਕ ਇਹ ਵੀ ਸਵਾਲ ਪੁੱਛਣਗੇ, ਅਕਾਲੀ ਬੀਜੇਪੀ ਦੀ ਸਰਕਾਰ 'ਚ ਬੇਅਦਬੀ ਹੋਈ 2015 'ਚ, 2017 ਤੱਕ ਸਰਕਾਰ ਰਹੀ, ਬੇਅਦਬੀਆਂ ਦਾ ਇਨਸਾਫ ਮਿਲਿਆ ਹੀ ਨਹੀਂ, ਜਸਟ ਕਮਿਸ਼ਨ ਬਿਠਾ ਦਿੱਤੇ ਜਾਂਦੇ ਨੇ, ਪਰ ਉਹੀ ਹੈ ਕਿ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਹਰ ਪਾਰਟੀ ਆਪੋ ਆਪਣੇ ਹਿਸਾਬ ਨਾਲ ਕਰ ਜਾਂਦੀ ਹੈ। ਇਹਨਾਂ ਨੇ ਜਦੋਂ ਵੀ ਜਿਹੜੀ 2015 ਦੀ ਸਿੱਟ ਬੈਠੀ ਜਾਂ 2017 'ਚ ਬੈਠੀ, ਕਈ ਸਿੱਟ ਬੈਠੀਆਂ, ਅਫਸਰ ਵੀ ਉਹੀ ਬੈਠੇ ਰਹੇ, ਉਹਨਾਂ ਨੇ ਨਤੀਜਾ ਕਿੱਥੇ ਪਹੁੰਚਿਆ? ਜਿਹੜੀ ਇੱਕ ਆਮ ਆਦਮੀ ਪਾਰਟੀ ਦੇ MLA ਸਾਹਿਬ ਉਦੋਂ IG ਸੀਗੇ, ਉਹਨਾਂ ਨੇ ਚਲਾਨ ਤਿਆਰ ਕੀਤਾ, ਚਲਾਨ ਨੂੰ ਕੋਰਟ ਨੇ ਐਕਸੈਪਟ ਨਹੀਂ ਕੀਤਾ, ਕਹਿੰਦੇ ਉਹ ਸਾਰਾ ਇਹ ਜਿਹੜੀ ਹੁਣ ਉਹ ਫਿਰ ਦੋਸ਼ ਲਾਉਂਦੇ ਆ ਕਿ ਜੀ ਉਹ ਕੋਰਟ ਨੇ, ਜੇ ਕੋਰਟ ਨਹੀਂ ਤਾਂ ਤੁਸੀਂ ਅਪੀਲ ਕਰਕੇ
ਉਹਨੂੰ ਜਿਹੜੀ ਹੈਗੀ ਆ ਇਨਵੈਸਟੀਗੇਸ਼ਨ ਨੂੰ ਖਤਮ ਕਰ ਦੇ। ਤੁਸੀਂ ਇੱਥੇ ਕੁਵਰ ਵਿਜੇ ਪ੍ਰਤਾਪ ਸਿੰਘ ਜੀ ਦੀ ਗੱਲ ਕਰ ਰਹੇ ਹਾਂ। ਮੈਂ ਨਾਂ ਨਹੀਂ ਲੈਣਾ ਚਾਹੁੰਦਾ ਕਿਸੇ ਦਾ ਵੀ, ਮੈਨੂੰ ਤਾਂ ਜੋ ਮੈਂ ਉਹਨਾਂ ਦਾ ਤੁਸੀਂ ਆਪ ਹੀ ਸਮਝ ਗਏ, ਲੇਕਿਨ ਇਹ ਹੈ ਵੀ ਜਿਸ ਮੈਂ ਤਾਂ ਐਜ਼ ਅ ਪੁਲਿਸ ਅਫਸਰ ਗੱਲ ਕਰਦਾ, ਜੇ ਮੇਰੀ ਇਨਵੈਸਟੀਗੇਸ਼ਨ ਮੇਰੀ ਰਿਪੋਰਟ ਅੰਡਰ ਸੈਕਸ਼ਨ 173 ਕੋਰਟ ਹੀ ਐਕਸੈਪਟ ਨਹੀਂ ਕਰਦੀ ਤਾਂ ਇਹਦਾ ਮਤਲਬ ਹੈ ਕਿ ਮੈਂ ਜਿਹੜਾ ਅੱਛਾ ਪੁਲਿਸ ਅਫਸਰ ਨਹੀਂ ਹੈਗਾ, ਅੱਛਾ ਇਨਵੈਸਟੀਗੇਟਰ ਨਹੀਂ ਹੈਗਾ। ਸੋ ਅਸੀਂ ਇਸ਼ੂ ਰੌਲਾ ਪਾ ਕੇ ਨਹੀਂ ਬਣ ਸਕਦੇ। ਨਾ ਤਾਂ ਇਹਨਾਂ ਨੇ ਜਿਹੜੇ ਬੰਦੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀ ਹੈ, ਅੱਜ ਤੱਕ ਆਮ ਆਦਮੀ ਪਾਰਟੀ ਨੇ ਗ੍ਰਿਫਤਾਰ ਕੀਤੇ, ਜਦਕਿ ਇਨਵੈਸਟੀਗੇਸ਼ਨ 60 ਦਿਨ 'ਚ ਮੁਕੰਮਲ ਹੋਣੀ ਚਾਹੀਦੀ ਹੈ, 2.5 ਸਾਲ ਹੋ ਗਏ, ਜਿਹੜੀਆਂ ਕਿਸੇ ਦੀ ਟ੍ਰਾਇਲ ਹੋਣੀ ਚਾਹੀਦੀ ਹੈ, ਜਿਹੜੀਆਂ ਅਸੀਂ ਜਿਹੜੀਆਂ ਉਹ ਸਾਰੀਆਂ ਭਾਵਨਾਵਾਂ ਨਾਲ ਖੇਡਣ ਦੀ ਗੱਲ ਨਹੀਂ ਕਰਨੀ ਚਾਹੀਦੀ। ਗੱਲ ਇਹ ਹੈ ਕਿ ਅਸੀਂ ਉੱਥੇ ਬਾਹਰੋਂ ਆ ਕੇ ਲੋਕ ਮਰਡਰ ਕਰਕੇ ਜਾ ਰਹੇ ਹਾਂ, ਉਹਨੂੰ ਰੋਕਣਾ ਕਹਿੰਦੇ ਹਾਂ। ਪ੍ਰੀਵੈਂਸ਼ਨ ਐਂਡ ਡਿਟੈਕਸ਼ਨ ਆਫ ਕ੍ਰਾਈਮ ਇਜ਼ ਦੀ ਰਿਸਪੋਂਸੀਬਿਲਟੀ ਆਫ ਦੀ ਸਟੇਟ। ਪਹਿਲਿਆਂ ਨੇ ਤਾਂ ਗਲਤੀ ਕਰ ਲਈ, ਤੁਸੀਂ ਵੀ 2.5 ਸਾਲ ਹੋ ਗਏ, ਤੁਸੀਂ ਵੀ ਉੱਥੇ ਦੇ ਉੱਥੇ ਖੜ੍ਹੇ ਹੋ, ਜਸਟਿਸ ਤੁਸੀਂ ਵੀ ਨਹੀਂ ਦੇ ਰਹੇ। ਸੋ ਇਹ ਰੌਲਾ ਪਾਉਣ ਦੀ ਗੱਲ ਨਹੀਂ, ਗੱਲ ਇਹ ਹੈ ਕਿ ਆਪਾਂ ਨੂੰ ਰਿਜ਼ਲਟ ਓਰੀਐਂਟਿਡ ਕੀ ਹੈ। ਬਿਲਕੁਲ, ਮੈਂ ਅੰਮ੍ਰਿਤਪਾਲ ਦੀ ਗੱਲ ਕਰਦੀ ਹਾਂ। ਅੰਮ੍ਰਿਤਪਾਲ ਸਿੰਘ ਵੀ ਚੋਣ ਲੜ ਰਹੇ ਨੇ ਇਸ ਵਾਰ ਖਡੂਰ ਸਾਹਿਬ ਤੋਂ, ਅਤੇ ਤੁਸੀਂ ਕਿਵੇਂ ਦੇਖਦੇ ਹੋ? ਦੇਖੋ, ਹਰ ਇੱਕ ਨੂੰ ਹੱਕ ਹੈ ਇਲੈਕਸ਼ਨ ਲੜਨ ਦਾ, ਅਤੇ ਮੈਂ ਇਹ ਸਮਝਦਾ ਕਿ ਪੰਜਾਬ ਅਮਨ ਅਤੇ ਸ਼ਾਂਤੀ ਦਾ ਖਿੱਤਾ ਬਣੇ, ਆਪਸੀ ਭਾਈਚਾਰੇ ਦਾ ਖਿੱਤਾ ਬਣੇ, ਇਹ ਖੁਸ਼ੀਆਂ ਖੇੜਿਆਂ ਦਾ ਪੰਜਾਬ ਬਣੇ। ਧਨੀ ਰਾਮ ਚਾਤਰਿਕ ਜੀ ਕਹਿੰਦੇ ਆ, ਲਿਖਦੇ ਆ, ਹੋਰ ਇਹ ਪੰਜਾਬ ਕਰਾਂ ਕੀ ਸਿਫਤ ਤੇਰੀ, ਸ਼ਾਨਾਂ ਦੇ ਸਭ ਸਮਾਨ ਤੇਰੇ। ਅਤੇ ਅੱਜ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਆਪਸੀ ਭਾਈਚਾਰਾ ਮਜ਼ਬੂਤ ਹੋਵੇ, ਮੈਂ ਤਾਂ ਸ਼ਾਇਦ ਇੱਕੋ ਹੀ ਵਿਅਕਤੀ ਹੋਵਾਂ ਜਿਹੜਾ ਸਵੇਰੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਕੇ ਅਰਦਾਸ ਕਰਦਾ ਪੰਜਾਬ ਅਤੇ ਭਾਰਤ ਦੀ ਚੜ੍ਹਦੀ ਕਲਾ ਦੀ, ਆਪਸੀ ਭਾਈਚਾਰੇ ਦੀ ਮਜ਼ਬੂਤੀ ਦੀ। ਇਹ ਮੇਰੇ ਫੇਸਬੁੱਕ 'ਤੇ ਵੀ ਮੈਂ ਪਾਉਂਦਾ, ਅਤੇ ਮੇਰੇ ਖਿਆਲ ਤੁਸੀਂ ਸੁਣ ਵੀ ਲਓ, ਸ਼ਾਇਦ ਹੋਰ ਕਿਸੇ ਦੇ ਇਸ ਪਾਸੇ ਧਿਆਨ ਨਹੀਂ ਆਉਂਦਾ, ਮੈਂ ਤਾਂ ਅਰਦਾਸਾਂ ਕਰਨ ਵਾਲਾ ਆਦਮੀ ਹੈ। ਬਿਲਕੁਲ, ਮੈਂ ਅੰਮ੍ਰਿਤਪਾਲ ਦੀ ਗੱਲ ਕੀਤੀ ਅਤੇ ਤੁਸੀਂ ਕਿਹਾ ਕਿ ਹਰ ਕਿਸੇ ਨੂੰ ਹੱਕ ਹੈ ਚੋਣ ਲੜਨ ਦਾ, ਪਰ ਅਕਾਲੀ ਦਲ ਦੇ ਲੀਡਰ ਇਲਜ਼ਾਮ ਲਗਾਉਂਦੇ ਨੇ ਕਿ ਸਾਜ਼ਿਸ਼ ਦੇ ਤਹਿਤ ਅੰਮ੍ਰਿਤਪਾਲ ਨੂੰ ਭੇਜਿਆ ਗਿਆ ਹੈ। ਤਾਂ ਵਿਰਸਾ ਸਿੰਘ ਮਲਟੋਹਾ ਨੇ ਇਹ ਵੀ ਕਿਹਾ ਕਿ RSS ਦੇ ਲੀਡਰ ਜੋ ਨੇ ਅੰਮ੍ਰਿਤਪਾਲ ਸਿੰਘ ਨੂੰ ਜੇਲ੍ਹ 'ਚ ਮਿਲਦੇ ਨੇ। ਅਸੀਂ ਸਾਜ਼ਿਸ਼ਾਂ ਕਰਨ ਵਾਲੇ ਨਹੀਂ, ਅਸੀਂ ਸੇਵਾ ਕਰਨ ਵਾਲੇ ਲੋਕ ਹਾਂ। ਅਸੀਂ ਸੇਵਾ ਕਰਦੇ ਹਾਂ, ਔਰ ਸੇਵਾ ਜਿਹੜੀ ਹੈ ਉਹ ਇਹੀ ਹੈ ਕਿ ਪੰਜਾਬ ਖੁਸ਼ਹਾਲ ਬਣੇ, ਵਿਕਾਸ ਬਣੇ। ਇੰਨਾ ਪੈਸਾ ਪੰਜਾਬ ਵੱਲ ਅਸੀਂ ਦੇ ਰਹੇ ਹਾਂ, ਖੇਤੀਬਾੜੀ ਵੀ ਜਦੋਂ ਪੰਜਾਬ 6,000 ਰੁਪਇਆ ਫਾਰਮਰਸ ਨੂੰ ਮਿਲ ਰਿਹਾ, ਯੂਰੀਆ ਸਸਤਾ ਦੇ ਰਹੇ ਹਾਂ, ਹਰ ਕੋਸ਼ਿਸ਼ ਕਰ ਰਹੇ ਹਾਂ। ਜੋ ਵੀ ਕੋਈ ਪ੍ਰਪੋਜ਼ਲ ਗਵਰਨਮੈਂਟ ਦੀ ਆਉਂਦੀ ਹੈ, ਸਰਕਾਰ ਉਹਨੂੰ ਸਿਰੇ ਚੜ੍ਹਾਉਂਦੀ ਹੈ, ਅਤੇ ਇਹ ਵਿਕਾਸ ਦਾ ਮਾਰਗ ਹੋਰ ਹੈ। ਰਾਜਨੀਤੀ ਦੇ ਵਿੱਚ ਐਸੀਆਂ ਗੱਲਾਂ ਕਹਿ ਦੇਣੀਆਂ ਜਿਹਨੂੰ ਸਾਬਤ ਕਰਨਾ ਮੁਸ਼ਕਲ ਹੋਵੇ, ਆਮ ਜਿਹੀ ਗੱਲ ਹੈਗੀ ਆ। ਮੈਂ ਉਹਦੇ 'ਤੇ ਵਿਰਸਾ ਸਿੰਘ ਜੀ ਦੀ ਗੱਲ 'ਤੇ ਕਮੈਂਟ ਨਹੀਂ ਕਰਨਾ ਚਾਹੁੰਦਾ, ਕਿਉਂਕਿ ਵਿਰਸਾ ਸਿੰਘ ਜੀ ਵੀ ਮੇਰੇ ਅੱਛੇ ਦੋਸਤ ਹੈ। ਅਤੇ ਅੰਮ੍ਰਿਤਪਾਲ ਸਿੰਘ ਦੀ ਮੈਂ ਗੱਲ ਕਰਾਂ, ਅਤੇ ਜਿਸ ਤਰ੍ਹਾਂ ਅਚਾਨਕ ਅੰਮ੍ਰਿਤਪਾਲ ਆਉਂਦੇ ਨੇ, ਉਸ ਤੋਂ ਬਾਅਦ ਕੰਟਰੋਵਰਸੀ ਵੀ ਕਾਫੀ ਹੁੰਦੀ ਹੈ, ਅਤੇ ਕਈ ਲੋਕ ਜਰਨੈਲ ਸਿੰਘ ਭਿੰਡਰਾਂਵਾਲੇ ਨਾਲ ਤੁਲਨਾ ਕਰਦੇ ਨੇ। ਤੁਸੀਂ ਉਹ ਵਕਤ ਵੀ ਦੇਖਿਆ ਅਤੇ ਤੁਸੀਂ ਇਸ ਵਕਤ ਨੂੰ ਵੀ ਕਾਫੀ ਕਰੀਬੀ ਦੇਖਿਆ, ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਦੇਖੋ, ਜਿਹੜਾ ਸੰਤ ਜਰਨੈਲ ਸਿੰਘ ਦਾ ਮੋਰਚਾ ਸੀ, ਉਹ ਭਾਈ ਠਾਰਾ ਸਿੰਘ ਅਤੇ ਅਮਰੀਕ ਸਿੰਘ ਦੀ ਰਿਹਾਈ ਲਈ ਸੀ। ਉਹ ਦੋਵਾਂ ਨੂੰ ਬਾਅਦ ਦੇ ਵਿੱਚ 83 'ਚ ਬਰੀ ਕਰ ਦਿੱਤਾ ਗਿਆ। ਉਸ ਤੋਂ ਬਾਅਦ ਇਹ ਮੋਰਚਾ ਧਰਮਯੁੱਧ ਮੋਰਚੇ ਦੇ ਨਾਂ 'ਤੇ ਅਕਾਲੀਆਂ ਦਾ ਮੋਰਚਾ ਸੀ, 4 ਅਗਸਤ 1982 ਨੂੰ ਲੱਗਾ, ਬਲਿਊ ਸਟਾਰ ਤੋਂ ਬਾਅਦ ਖਤਮ ਹੋਇਆ, ਕਤਲੋ ਗਾਰਤ ਹੋਈ, ਲੋਕ ਮਾਰੇ ਗਏ, ਜ਼ਿੰਮੇਵਾਰ ਕੌਣ ਸੀ?
ਜਿਨ੍ਹਾਂ ਨੇ ਮੋਰਚਾ ਲਾਇਆ, ਉਹਨਾਂ ਨੇ ਉਸ ਤੋਂ ਬਾਅਦ ਸਰਕਾਰਾਂ ਬਣੀਆਂ, ਇਨਸਾਫ ਹੋਇਆ, ਗੱਲ ਹੋਈ, ਰਾਜੀਵ ਲੌਂਗੋਵਾਲ ਰਿਕਾਰਡ ਹੋਇਆ, ਤੁਸੀਂ ਉਹਨੂੰ ਇੰਪਲੀਮੈਂਟ ਕਰਾਉਣ ਲਈ ਕੀ ਯਤਨ ਕੀਤਾ? ਸੋ ਇਹ ਚੀਜ਼ਾਂ ਨੇ ਜਿਹੜੀਆਂ ਪੰਜਾਬੀਆਂ ਨੂੰ ਵਿਚਾਰਨ ਦੀ ਲੋੜ ਹੈ। ਮੈਂ ਕਿਸੇ ਨੂੰ ਦੋਸ਼ ਨਹੀਂ ਦੇ ਰਿਹਾ, ਲੇਕਿਨ ਪੰਜਾਬ ਨੂੰ ਸ਼ਾਂਤ ਕਰਨ ਲਈ, ਪੰਜਾਬ ਨੂੰ ਵਿਕਾਸ ਦੇ ਰਾਹ ਪਾਉਣ ਲਈ ਕੇਵਲ ਅਤੇ ਕੇਵਲ ਜਿਹੜੀ ਰੋਡ ਮੈਪ ਹੈ ਉਹ ਭਾਰਤੀ ਜਨਤਾ ਪਾਰਟੀ ਕੋਲ। ਬਿਲਕੁਲ, ਤੁਲਨਾ ਜਦੋਂ ਹੋਈ ਜਰਨੈਲ ਸਿੰਘ ਭਿੰਡਰਾਂਵਾਲੇ ਅਤੇ ਅੰਮ੍ਰਿਤਪਾਲ ਸਿੰਘ ਦੀ, ਉਸ ਤੁਲਨਾ ਨੂੰ ਤੁਸੀਂ ਕਿਵੇਂ ਵੇਖਦੇ ਹੋ? ਦੇਖੋ, ਮੈਂ ਇੱਕ ਨੌਜਵਾਨ ਮੁੰਡਾ, ਮੈਂ ਵੀ ਅੰਮ੍ਰਿਤਧਾਰੀ ਹਾਂ, 9 ਸਾਲ ਦੀ ਉਮਰ ਤੋਂ ਅੰਮ੍ਰਿਤਧਾਰੀ ਹੈਗਾ। ਅਸੀਂ ਤਾਂ ਕਦੇ ਅਖਬਾਰ 'ਚ ਨਹੀਂ ਗਏ ਕਿ ਮੈਂ ਅੱਜ ਅੰਮ੍ਰਿਤ ਛਕਿਆ ਜੀ, ਆ ਫਲਾਣੇ ਨੇ ਛਕਿਆ, ਨਾ ਕਿਸੇ ਦਾ ਹੁੰਦਾ। ਇੱਕ ਨੌਜਵਾਨ ਮੁੰਡਾ ਬਾਹਰੋਂ ਆਉਂਦਾ, ਅੰਮ੍ਰਿਤ ਛਕਣ ਜਾਂਦਾ ਹੈ, ਅਤੇ ਉਹ ਸਾਰੀ ਮੀਡੀਆ ਕਵਰ ਕਰ ਦਿੰਦੀ ਹੈ ਕਿ ਇੱਕ ਨੇ ਅੰਮ੍ਰਿਤ ਛਕ ਲਿਆ। ਫਿਰ ਦੂਜੀ ਗੱਲ ਹੈ, ਜਿਹੜਾ ਗੁਰਬਾਣੀ ਦਾ ਬੜਾ ਵਧੀਆ ਸਿਧਾਂਤ ਹੈ ਪ੍ਰਚਾਰ ਦਾ, ਉਹ ਗੁਰਬਾਣੀ ਕਹਿੰਦੀ ਹੈ, ਪਾਰਸ ਪਰਸੀਐ ਪਾਰਸ ਹੋਏ ਜਾਂ ਤੇਰੇ ਮਨ ਭਾਣੇ। ਪਾਰਸ ਉਹ ਧਾਤ ਹੈ ਜਿਹੜੀ ਲੋਹੇ ਨੂੰ ਸੋਨਾ ਬਣਾ ਦਿੰਦੀ ਹੈ, ਤਾਂਬੇ ਨੂੰ ਸੋਨਾ ਬਣਾ ਦਿੰਦੀ ਹੈ। ਲੇਕਿਨ ਜੇ ਸਿੱਖ ਪਾਰਸ ਹੋਵੇ, ਮੈਂ ਚੰਗਾ ਬਣਨਾ, ਦੂਜੇ ਨੂੰ ਮੈਂ ਚੰਗੇ ਬਣਾਉਣ ਵਾਲੇ ਕਿਹੜੇ ਰਾਹ ਤੁਰ ਪਵਾਂ, ਜਦੋਂ ਮੈਂ ਆਪ ਹੀ ਨਹੀਂ ਚੰਗਾ? ਹਾਲੇ ਤਾਂ ਮੇਰੇ ਕੇਸ ਵੀ ਨਹੀਂ ਰੱਖੇ ਗਏ ਅਤੇ ਮੈਂ ਧਰਮ ਪ੍ਰਚਾਰ ਨੂੰ ਤੁਰ ਪਿਆ, ਅਤੇ ਮੈਂ ਅੰਮ੍ਰਿਤ ਵੀ ਛਕ ਲਿਆ। ਹਾਂਜੀ, ਤਾਂ ਉਹ ਕਾਹਦੇ ਲਈ ਸੀ? ਦੈਟ ਵਾਜ਼ ਨੋਟ ਦੀ ਇਸ਼ੂ। ਪਹਿਲਾਂ ਤਾਂ ਆਪ ਚੰਗੇ ਬਣੋ, ਬਾਣੀ ਪੜ੍ਹੋ, ਨਿਮਰਤਾ ਲਿਆਓ, ਸੱਚ ਸੰਤੋਖ ਵਿਚਾਰ, ਇਹ ਦੇਵਤਿਆਂ ਦਾ ਧਰਮ ਹੈ। ਗੁਰਬਾਣੀ ਕਹਿੰਦੀ ਹੈ, ਬਲਿਹਾਰੀ ਗੁਰ ਆਪਣੇ ਦਿਹਾੜੀ ਸਦਵਾਰ, ਜਿਨ ਮਾਨਸ ਅਤੇ ਦੇਵਤੇ ਕੀ ਹੈ ਕਰਤ ਨਾ ਲਾਗੀ ਵਾਰ। ਜਿਹੜੇ ਦੇਵਤੇ ਆ ਉਹ ਗੁਰਦੁਆਰਿਆਂ 'ਚ ਜਾ ਕੇ ਜਿਹੜੇ ਆ ਰੌਲਾ ਰੱਪਾ ਨਹੀਂ ਪਾਉਂਦੇ, ਇਸ ਤਰ੍ਹਾਂ ਦਾ ਕੰਮ ਨਹੀਂ ਕਰ। ਮੈਂ ਆਪ ਹੀ ਚੰਗਾ ਬਣ ਗਿਆ, ਬਸ ਦੂਜੇ ਨੇ ਆਪ ਹੀ ਚੰਗਾ ਬਣ ਜਾਣਾ। ਸੋ ਇਹ ਜਿਹੜੀ ਸੰਤ ਜਰਨੈਲ ਸਿੰਘ ਹੋਰਾਂ ਦੇ ਵੇਲੇ ਸਥਿਤੀ ਇਹ ਸੀ ਕਿ ਗੁਰੂ ਗ੍ਰੰਥ ਸਾਹਿਬ ਦੇ ਬੇਅਦਬੀ ਹੋ ਰਹੀ ਸੀ ਇੱਕ ਫਿਰਕੇ ਵੱਲੋਂ। ਗੁਰੂ ਗ੍ਰੰਥ ਸਾਹਿਬ ਨੂੰ ਨੀਵੀਂ ਥਾਂ ਰੱਖ ਕੇ ਆਪ ਉੱਚੀ ਥਾਂ ਬੈਠਿਆ ਜਾਂਦਾ ਸੀ, ਜਿਸ ਤੋਂ ਆਪਣਾ ਜਿਹੜਾ ਅੰਮ੍ਰਿਤਸਰ ਦੇ ਵਿੱਚ 17 ਲੋਕ ਮਾਰੇ ਗਏ, ਉਸ ਇਨਵੈਸਟੀਗੇਸ਼ਨ ਟੀਮ ਦਾ ਮੈਂ ਵੀ ਮੈਂਬਰ ਹਾਂ। ਜਦੋਂ ਤੁਸੀਂ ਬੰਦੇ ਮਾਰੇ ਗਏ, ਦੋਸ਼ੀ ਬਰੀ ਹੋ ਗਏ ਫਿਲਮਜ਼ੀ ਗਰਾਊਂਡ 'ਤੇ, ਕਰਨਾਲ ਦੇ ਸੈਸ਼ਨ ਜੱਜ ਸਾਹਿਬ ਨੇ, ਅਸੀਂ ਜਾਂਦੇ ਰਹੇ ਉੱਥੇ ਇਨਵੈਸਟੀਗੇਸ਼ਨ ਦੇ ਵਿੱਚ, ਅਤੇ ਉਸ ਤੋਂ ਬਾਅਦ ਅਪੀਲ ਨਹੀਂ ਕਾਂਗਰਸ ਗੌਰਮੈਂਟ ਨੇ ਕੀਤੀ। ਸਥਿਤੀਆਂ ਕ੍ਰੀਏਟ ਕੀਤੀਆਂ ਗਈਆਂ ਜਿਹੜੀਆਂ ਪੰਜਾਬ ਨੂੰ, ਜੋ ਪਹਿਲਾਂ ਹੀ ਉਹ ਜੀ ਬੀ ਐੱਸ ਸਿੱਧੂ ਸਾਹਿਬ ਦੀ ਕਿਤਾਬ ਹੈਗੀ ਹੈ ਕਾਂਸਪਿਰੇਸੀ ਖਾਲਿਸਤਾਨ, ਉਹ ਇੱਕ ਗੱਲ ਤਾਂ ਦੱਸਦੀ ਹੈ ਕਿ ਇਹ ਅੱਛੀ ਗੱਲ ਹੈ, ਲੇਕਿਨ ਇੱਕ ਗੱਲ ਛੁਪਾਉਂਦੀ ਵੀ ਹੈ ਕਿ ਉਹਨਾਂ ਦੇ ਸਹੁਰਾ ਸਾਹਿਬ ਵੀ ਫੋਰਨ ਮਿਨਿਸਟਰ ਵੀ ਰਹੇ, ਇੰਡੀਆ ਦੇ ਡਿਫੈਂਸ ਮਿਨਿਸਟਰ ਵੀ ਰਹੇ। ਜੇ ਉਹਨਾਂ ਨੂੰ ਪਤਾ ਸੀ ਤਾਂ ਸਿੱਖਾਂ ਨੂੰ ਜ਼ਰੂਰ ਜਾਗਰਿਤ ਕਰਨਾ ਚਾਹੀਦਾ ਸੀ, ਅਤੇ ਉਹਨਾਂ ਦੇ ਬਹੁਤ ਨਜ਼ਦੀਕੀ ਰਿਸ਼ਤੇਦਾਰ ਖਾਲਿਸਤਾਨ ਦੀ ਏਜੰਡਾ ਪਾਸ ਕਰਾਉਂਦੇ ਆ, ਪਾਕਿਸਤਾਨ ਦੇ ਵਿੱਚ ਬਹਿ ਕੇ ਡਾਕਟਰ ਸੋਹਣ ਸਿੰਘ ਖਾਲਿਸਤਾਨ ਦੀ ਗੱਲ ਕਰਦੇ ਆ। ਇਹ ਸਾਰੀਆਂ ਗੱਲਾਂ ਨੂੰ ਜੇਕਰ ਜੋੜਿਆ ਜਾਵੇ, ਇੱਕ ਵੱਖਰੀ ਗੱਲ ਹੈ, ਪੰਜਾਬ ਨੂੰ ਅੱਗ ਲਾਉਣ ਵਾਸਤੇ ਇੱਕ ਸੋਚੀ ਸਮਝੀ ਸਾਜਿਸ਼ ਦੇ ਤਹਿਤ ਕੰਮ ਹੋਇਆ। ਤੇ ਅੰਮ੍ਰਿਤਪਾਲ ਇਸ ਸਥਿਤੀ 'ਚ ਜਿੱਤ ਸਕਦੇ ਨੇ? ਦੇਖੋ, ਵੋਟਾਂ ਲੋਕਾਂ ਨੇ ਪਾਣੀਆਂ। ਮੈਂ ਤੁਸੀਂ ਅਨਾਲਿਸਿਸ ਤੁਹਾਡਾ ਕੀ ਕਹਿੰਦਾ? ਦੇਖੋ, ਮੈਂ ਕਿਸੇ ਦੀ ਜਿੱਤ ਹਾਰ 'ਤੇ ਕੋਈ ਨਹੀਂ ਕਰਦਾ, ਕਿ ਮੈਂ ਪ੍ਰੈਡਿਕਸ਼ਨ ਨਹੀਂ ਕਰਦਾ, ਲੇਕਿਨ ਕੀ ਪ੍ਰਾਪਤੀ ਕੀ ਹੈ, ਵਟ ਇਜ਼ ਦੀ ਏਜੰਡਾ? ਏਜੰਡਾ ਜੇ ਤਾਂ ਰੌਲਾ ਰੱਪਾ ਹੈ, ਫਿਰ ਤਾਂ ਜਿਹੜੀ ਹੈ ਉਹ ਉਹਨੇ ਅੱਗੇ ਪੰਜਾਬ ਦਾ ਬੜਾ ਨੁਕਸਾਨ ਕਰ ਦਿੱਤਾ। ਹੁਣ ਤਾਂ ਅਮਨ ਸ਼ਾਂਤੀ ਚਾਹੀਦੀ ਹੈ, ਇਹ ਪੀਸ ਇਜ਼ ਦੀ ਏਜੰਡਾ, ਫਿਰ ਏਜੰਡਾ ਹੋਰ ਹੈ।
ਜੇ ਤੁਸੀਂ ਜਰਾ ਵੀ ਹੁਣ ਜੋ ਹੋ ਰਿਹਾ ਇਫ ਦਿਸ ਹੈਜ਼ ਟੂ ਵੀ ਗੋ ਤੇ ਫਿਰ ਗੱਲ ਕੁਛ ਨਹੀਂ ਹੈਗੀ। ਆਪ ਚੰਗੇ ਬਣੋ, ਚੰਗੇ ਬਣ ਕੇ ਵਿਖਾਓ, ਸਮਾਜ ਆਪਣੇ ਆਪ ਚੰਗਾ ਬਣ ਜਾਏਗਾ। ਸਾਡੇ ਇਸ਼ੂ ਹੋਰ ਹੈ, ਸਾਡਾ ਇਸ਼ੂ ਹੈ ਇਕਨੋਮਿਕ ਡਿਵੈਲਪਮੈਂਟ। ਸਾਡਾ ਬੱਚਾ ਬਾਹਰ ਜਾ ਰਿਹਾ, ਉਹਨੂੰ ਅਸੀਂ ਵਾਪਸ ਇੱਥੇ ਲੈ ਕੇ ਆਉਣਾ। ਅਸੀਂ ਪੰਜਾਬ ਨੂੰ ਟੂਰਿਜ਼ਮ ਦੇ ਰੋਡ ਮੈਪ 'ਤੇ ਲੈ ਕੇ ਆਉਣਾ। ਸਾਡੇ ਕੋਲ ਇੰਨਾ ਇਤਿਹਾਸ ਹੈ, ਇੰਨੀ ਸਾਡੀਆਂ ਸੁੰਦਰ ਧਰਤੀ ਹੈ, ਸਭ ਕੁਛ ਹੈਗਾ। ਅਸੀਂ ਇੰਡਸਟਰੀ ਲੈ ਕੇ ਆਉਣੀ ਹੈ, ਐਗਰੀਕਲਚਰ ਬੇਸ, ਇਹ ਸਾਡੇ ਇਸ਼ੂ ਹੈਗੇ ਹੈ ਜਿਹਦੇ ਲਈ ਪ੍ਰਧਾਨ ਮੰਤਰੀ ਜੀ ਹਮੇਸ਼ਾ ਤਤਪਰ ਰਹਿੰਦੇ ਹੈ, ਸਾਰੀ ਪਾਰਟੀ ਤਤਪਰ ਰਹਿੰਦੀ ਹੈ। ਚਲੋ ਤੁਸੀਂ ਪ੍ਰੀਡਿਕਸ਼ਨ ਅੰਮ੍ਰਿਤਪਾਲ ਸਿੰਘ ਬਾਰੇ ਤਾਂ ਨਹੀਂ ਕੀਤੀ, ਬੀਜੇਪੀ ਬਾਰੇ ਕੀ ਕਰਦੇ ਹੋ? ਕਿਉਂਕਿ ਹਰ ਲੀਡਰ ਜੋ ਹੈ ਕੁਛ ਦਾਅਵੇ ਤਾਂ ਪੇਸ਼ ਕਰਦਾ ਹੈ। ਆਮ ਆਦਮੀ ਪਾਰਟੀ ਕਹਿੰਦੀ ਹੈ ਕਿ ਅਸੀਂ 13 ਦੀਆਂ 13 ਸੀਟਾਂ ਜਿੱਤਾਂਗੇ। ਸੋ ਬੀਜੇਪੀ ਦੇ ਲਈ ਅੱਜ ਦਾ ਮਾਹੌਲ ਤੁਸੀਂ ਕਿਵੇਂ ਦਾ ਦੇਖ ਰਹੇ ਹੋ? ਦੇਖੋ, ਅਸੀਂ ਸਾਰੀਆਂ ਸੀਟਾਂ ਜਿਹੜੀ ਜਿਵੇਂ ਮੈਂ ਕਹਿੰਦਾ ਸੀ ਕਿਹੜੀ ਸੀਟ ਹਾਰਾਂਗੇ, ਅਸੀਂ ਸਾਰੀਆਂ ਸੀਟਾਂ 'ਤੇ ਸਖ਼ਤ ਮੁਕਾਬਲੇ 'ਚ ਹਾਂ ਔਰ 4 ਕਾਰਨਰ ਕੰਟੈਸਟ ਦੇ ਵਿੱਚ ਅਸੀਂ ਆਸ ਕਰਦੇ ਹਾਂ ਕਿ ਅਸੀਂ ਵੱਡੇ ਮੇਜਰ ਸ਼ੇਅਰ ਸਾਡਾ ਹੋਏਗਾ। ਪਰ ਇਹ ਵੀ ਕਹਿੰਦੇ ਨੇ ਉਧਾਰੀ ਦੀ ਫੌਜ ਹੈ ਤੁਹਾਡੇ ਕੋਲ, ਕੋਈ ਲੀਡਰ ਕਿਸੇ ਪਾਰਟੀ 'ਚੋਂ ਆਇਆ, ਕੋਈ ਕਿਸੇ ਪਾਰਟੀ 'ਚੋਂ ਆਇਆ, ਬੀਜੇਪੀ ਦੇ ਆਪਣੇ ਲੀਡਰ ਨਹੀਂ ਨੇ? ਰਾਜਨੀਤੀ ਪਾਰਟੀ 'ਚ ਲੋਕ ਜਿਹੜੇ ਆ ਇੱਕ ਦੂਜੇ ਪਾਰਟੀਆਂ 'ਚ ਆਉਂਦੇ ਰਹਿੰਦੇ ਆ। ਜਿਹੜੇ ਕੱਲ੍ਹ ਬੀਜੇਪੀ ਵਾਲੇ ਸੀ ਅੱਜ ਅਕਾਲੀ ਦਲ ਦੇ ਕੈਂਡੀਡੇਟ ਹੈਗੇ ਆ, ਜਿਹੜੇ ਕੱਲ੍ਹ ਆਮ ਆਦਮੀ ਪਾਰਟੀ ਵਾਲੇ ਸੀ ਉਹ ਦੂਜੀਆਂ ਪਾਰਟੀਆਂ ਦੇ ਕੈਂਡੀਡੇਟ ਹੈਗੇ। ਇਸ ਕਰਕੇ ਇਹਨਾਂ ਨੂੰ ਪਾਰਟੀ ਆਪਣੇ ਉਹਦੇ ਨਾਲ ਚੱਲਦੀ ਹੈ, ਕੈਂਡੀਡੇਟ ਮੈਟਰ ਕਰਦੇ ਆ, ਲੇਕਿਨ ਜਿਹੜੀ ਹੈ ਇਹ ਇੱਕ ਸਮਾਜ ਦੇ ਵਿੱਚ ਬਣਿਆ ਹੋਇਆ ਪੋਲੀਟੀਕਲ ਸਿਸਟਮ 'ਚ ਹੈਗਾ ਕਿ ਲੋਕ ਪਾਰਟੀਆਂ ਚੇਂਜ ਕਰਦੇ ਰਹੇ। ਕਿਸਾਨਾਂ ਦਾ ਵਿਰੋਧ ਵੀ ਝੱਲਣਾ ਪੈ ਰਿਹਾ ਹੈ? ਕਿਸਾਨ ਸਾਡੇ ਆਪਣੇ ਨੇ, ਮੈਂ ਕਿਸਾਨ ਹੈਗਾ, ਕਿਸਾਨ ਨਹੀਂ ਘਾਟੇ ਦਾ ਸੌਦਾ ਹੈ। ਕਿਸਾਨੀ ਨੂੰ ਵੀ ਅੱਗੇ ਵਧਾਉਣ ਵਾਸਤੇ ਸਾਨੂੰ ਫੂਡ ਇੰਡਸਟਰੀ ਲੈ ਕੇ ਆਉਣੀ ਪਏਗੀ, ਅਮਨ ਸ਼ਾਂਤੀ ਲੈ ਕੇ ਆਉਣੀ ਪਏਗੀ। ਸੜਕਾਂ 'ਤੇ ਦੇਖੋ, ਪੰਜਾਬ 'ਚ 3 ਫਸਲਾਂ ਹੁੰਦੀਆਂ, ਇੱਕ ਹੈ ਝੋਨਾ, ਕਣਕ ਅਤੇ ਕਮਾਦ, ਤਿੰਨੇ ਜਿਹੜੇ ਆ ਉਹਨਾਂ 'ਤੇ MSP ਹੈਗੀ ਹੈ, ਚੁੱਕੀ ਜਾਂਦੀ ਹੈ, ਕੋਈ ਪ੍ਰੋਬਲਮ ਨਹੀਂ ਹੈਗੀ। ਐਜੀਟੇਸ਼ਨ ਫਾਰ ਦੀ ਸੇਕ ਆਫ ਐਜੀਟੇਸ਼ਨ ਆਈ ਥਿੰਕ ਇਜ਼ ਨੋਟ ਗੋਇੰਗ ਟੂ ਪੇ ਇਨ ਐਨੀ ਵੇ। ਬਿਲਕੁਲ, ਵਿਰੋਧ ਪ੍ਰਦਰਸ਼ਨ ਜਦੋਂ ਅਸੀਂ ਦੇਖਦੇ ਹਾਂ ਉਸ 'ਚ ਛੋਟੇ ਕਿਸਾਨ ਵੀ ਨੇ। ਤੁਸੀਂ ਵੀ ਕਹਿੰਦੇ ਤੁਸੀਂ ਵੀ ਕਿਸਾਨ ਹੋ, ਕਿਸੇ ਹੋਰ ਲੀਡਰ ਨਾਲ ਵੀ ਗੱਲ ਕਰ ਦਿਓ, ਉਹ ਵੀ ਆਪਣੀ ਕਿਸਾਨੀ ਬੈਕਗਰਾਊਂਡ ਦੀ ਗੱਲ ਜ਼ਰੂਰ ਕਰਦਾ, ਪਰ ਅੰਤਰ ਤਾਂ ਕਾਫੀ ਹੈ ਉਸ 2 ਏਕੜ ਵਾਲੇ ਕਿਸਾਨ 'ਚ। ਦੇਖੋ, ਜਿਹੜਾ 2 ਏਕੜ ਵਾਲਾ ਕਿਸਾਨ ਹੈ ਉਹਨੂੰ ਸਹਾਇਕ ਧੰਦੇ ਅਪਣਾਉਣੇ ਚਾਹੀਦੇ ਆ। ਕੋਆਪਰੇਟਿਵ ਮੂਵਮੈਂਟ ਚੱਲੀ ਹੈ, ਅਸੀਂ ਜਿਹੜੀ ਦੁਨੀਆ ਭਰ 'ਚ ਜਿੱਥੇ ਵੀ ਕਿਸਾਨੀ ਨੇ ਤਰੱਕੀ ਕੀਤੀ, ਚੀਨ ਦੇ ਵਿੱਚ 1 'ਤੇ ਕਿਸਾਨ ਹੈਗੇ ਆ, ਉਹਨਾਂ ਨੇ ਵੀ ਉਹਨਾਂ ਦੀ ਐਗਰੀਕਲਚਰ 'ਚ ਜਿਹੜੀ ਆ ਡਿਵੈਲਪਮੈਂਟ ਹੋਈ ਆ। ਸਾਡੇ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਨੇ ਨਵੇਂ ਬੀਜ ਕੱਢੇ ਸੀਗੇ ਤਾਂ ਜਿਹੜੀ ਆ ਗ੍ਰੀਨ ਰੈਵੋਲਿਊਸ਼ਨ ਅੱਗੇ ਆਇਆ ਸੀ, ਲੇਕਿਨ ਐਗਰੀਕਲਚਰ ਤਾਂ ਇਹ ਯੂਨੀਵਰਸਿਟੀ ਹੁਣ ਮੇਰੇ ਖਿਆਲ ਹਰ ਜ਼ਿਲ੍ਹੇ 'ਚ ਚਾਹੀਦੀ ਹੈ, ਇਹਨੂੰ ਡਿਵੈਲਪ ਕਰੀਏ। ਇਕੱਲਾ ਕਿਸਾਨ ਇਹਨਾਂ ਕਣਕ ਜਿਹੜੀ ਫਸਲ ਹੈ ਜਾਂ ਝੋਨੇ ਦੀ ਫਸਲ ਹੈ ਇਹਦੇ ਨਾਲ ਆਪਣਾ ਗੁਜ਼ਾਰਾ ਨਹੀਂ ਕਰ ਸਕਦਾ, ਮਹਿੰਗਾ ਕੰਮ ਹੈ ਬੜਾ। ਉਹਦੇ ਲਈ ਉਹਨੂੰ ਕੁਛ ਹੋਰ ਸਹਾਇਕ ਧੰਦੇ ਵੀ ਅਪਣਾਉਣੇ ਪੈਣਗੇ। ਉਹ ਸਹਾਇਕ ਧੰਦੇ ਕਿਵੇਂ ਅਪਣਾਉਣ? ਅਸੀਂ ਟਰੈਕਟਰਾਂ ਤੋਂ ਕਿਵੇਂ ਖੜਾ ਛੜਾਈਏ? ਜਿੰਨੇ ਜ਼ਮੀਨ ਨੂੰ ਲੋੜ ਹੈ ਸਾਡੇ ਕੋਲ, ਉਹ ਤੋਂ ਕਈ ਗੁਣਾ ਜ਼ਿਆਦਾ ਟਰੈਕਟਰ ਅਸੀਂ ਰੱਖੇ ਹੋਏ ਆ, ਕਈ ਚੀਜ਼ਾਂ ਅਸੀਂ ਆਪਣੇ ਖਰਚੇ ਆਪ ਵਧਾਏ ਹੋਏ ਆ। ਸੋ ਸਾਨੂੰ ਵਿਆਹ ਵੀ ਜਿਹੜੇ ਆ ਉਹ ਸਾਦੇ ਕਰਨੇ ਚਾਹੀਦੇ ਆ, ਭੋਗ ਵੀ ਸਾਦੇ ਕਰਨੇ ਚਾਹੀਦੇ ਆ, ਆਪਣਾ ਜੀਵਨ ਨੂੰ ਜਿਹੜਾ ਕਰਨ ਚੰਗਾ ਬਣਾਉਣਾ ਚਾਹੀਦਾ। ਅਤੇ ਜਿੰਨੀ ਚਾਦਰ ਦੇਖ ਕੇ ਪੈਰ ਪਸਾਰੀਏ ਅਤੇ ਫਿਰ ਜਿਹੜੀ ਹੈ ਆਪਣੇ ਠੰਡ ਵੀ ਘੱਟ ਜਾਂਦੀ ਹੈ, ਅਤੇ ਜੇ ਚਾਦਰ ਛੋਟੀ ਹੈ ਅਤੇ ਪੈਰ ਬਾਹਰ ਨਿਕਲਣੇ ਹੀ ਨਿਕਲਣੇ ਹੈ, ਅਸੀਂ ਉਸੇ ਨੂੰ ਛੋਟੀ ਵੀ ਜਿਹੜੀ ਚੀਜ਼ ਹੈ
ਲੋਕ ਤਾਂ ਦੋ ਕਨਾਲ ਜ਼ਮੀਨ ਦੇ ਵਿੱਚੋਂ ਰੋਟੀ ਕਮਾ ਕੇ ਖਾ ਜਾਂਦੇ ਆ। ਮੈਂ ਤਾਂ ਆਪ ਅੰਮ੍ਰਿਤਸਰ ਦੇ ਨਾਲ ਭਰਾੜੀ ਵਾਲੇ ਪਿੰਡ ਆ, ਉੱਥੇ 10,000 ਰੁਪਇਆ ਏਕੜ ਉਸ ਵੇਲੇ ਸਨ 77-78 ਠੇਕਾ ਆਉਂਦਾ ਸੀਗਾ, ਕਿਉਂਕਿ ਉੱਥੇ ਉਹ ਸਬਜ਼ੀਆਂ ਦਾ ਕੰਮ ਕਰਦੇ ਸੀ। ਮਿਹਨਤ ਤਾਂ ਕਿਸਾਨ ਨੂੰ ਕਰਨੀ ਪਏਗੀ, ਜੇ ਅਸੀਂ ਮਿਹਨਤ ਕਰਾਂਗੇ ਤਾਂ ਜੋ ਮਰਜ਼ੀ ਕਰਾ ਲਾਂਗੇ, ਜੇ ਅਸੀਂ ਮਿਹਨਤ ਨਹੀਂ ਕਰਾਂਗੇ ਤਾਂ ਫਿਰ ਸਾਨੂੰ ਅੱਗੇ ਵਧਣਾ ਮੁਸ਼ਕਲ। ਤੁਹਾਨੂੰ ਲੱਗਦਾ ਇਹ 'ਚ ਕਿਸਾਨ ਦੀ ਗਲਤੀ ਹੈ? ਨਹੀਂ, ਗਲਤੀ ਨਹੀਂ ਕਰਿਆ ਮੈਂ, ਤਾਂ ਗਲਤੀ ਕਿਸੇ ਨੂੰ ਵੀ ਕੋਈ ਬੰਦਾ ਗਲਤ ਨਹੀਂ, ਗੱਲ ਇਹ ਹੈ ਕਿ ਉਹਨੂੰ ਗਾਈਡ ਕਿਵੇਂ ਕੀਤਾ ਜਾ ਰਿਹਾ। ਤੁਹਾਨੂੰ ਲੱਗਦਾ ਉਹਨਾਂ ਨੂੰ ਮਿਸਲੀਡ ਕੀਤਾ ਜਾ ਰਿਹਾ? ਜਿਹੜੀ ਹੈ ਨਾ, ਗਾਈਡ ਕੀਤਾ ਜਾ ਰਿਹਾ। ਅਸੀਂ ਪੰਜਾਬ ਨੇ ਨੈਕਸਲਿਜ਼ਮ ਦੇਖਿਆ ਪੰਜਾਬ ਦੇ ਵਿੱਚ, ਕਿਤੇ ਜਿਹੜੀ 1952 ਦਾ ਇਲੈਕਸ਼ਨ ਦੇਖ ਲਓ, 10%-12% ਕਮਿਊਨਿਸਟ ਵੋਟ ਸੀਗੀ। ਤੋ ਅਸੀਂ ਸਮਝਦੇ ਹਾਂ ਕਿ ਅਸੀਂ ਇਹਨੂੰ ਕਿਸਾਨੀ ਨੂੰ ਰਾਜਨੀਤੀ ਲਈ ਨਾ ਵਰਤੀਏ, ਕਿਸਾਨੀ ਨੂੰ ਤਰੱਕੀ ਕਰਨ ਵਾਸਤੇ ਮਿਲ ਕੇ ਹੱਥ ਪਾਸੇ ਕੋਆਪਰੇਟਿਵ ਮੂਵਮੈਂਟ ਬਣੀ ਹੈ, ਸਾਰਿਆਂ ਨੂੰ ਮਿਲ ਕੇ ਚੱਲੀਏ ਅਤੇ ਕਿਸਾਨ ਜਿਹੜਾ ਆ ਖੁਸ਼ਹਾਲ ਹੋ ਸਕਦਾ। ਜਦੋਂ ਸਾਡੇ ਘੱਟ ਕਣਕ ਪੈਦਾ ਹੁੰਦੀ ਸੀ ਉਦੋਂ ਜਿਹੜੀ ਆ ਕਿਸੇ ਵੀ ਤਰ੍ਹਾਂ ਦਾ ਕਦੇ ਕੋਈ ਨਾ ਕਿਸੇ ਕੋਈ ਭੁੱਖਾ ਮਰਿਆ ਅਤੇ ਨਾ ਹੀ ਕਿਸੇ ਨੇ ਖੁਦਕੁਸ਼ੀ ਕੀਤੀ ਹੈ। ਅੱਜ ਕਿਸਾਨ ਖੁਦਕੁਸ਼ੀ ਵੀ ਕਰ ਰਿਹਾ ਅਤੇ ਕਿਸਾਨ ਭੁੱਖਾ ਵੀ ਮਰ ਰਿਹਾ। ਇਹ ਦੋਵੇਂ ਚੀਜ਼ਾਂ ਜਿਹੜੀਆਂ ਨੇ, ਇਹ ਬੜਾ ਇੱਕ ਸਾਨੂੰ ਇਹਦੇ 'ਤੇ ਪੂਰੀ ਕਮੇਟੀ ਬਹਿਣੀ ਪਏਗੀ, ਰਿਸਰਚ ਕਰਨੀ ਪਏਗੀ ਔਰ ਲੋਕਾਂ ਨੂੰ ਮਿਲ ਕੇ ਨਵੇਂ ਧੰਦਿਆਂ 'ਚ ਆਉਣਾ ਪਏਗਾ। ਬਿਲਕੁਲ, ਬਹੁਤ ਬਹੁਤ ਧੰਨਵਾਦ ਲਾਲਪੁਰਾ 'ਚ ਗੱਲਬਾਤ ਕਰਨ ਲਈ। ਸੋ ਬਹੁਤ ਸਾਰੀਆਂ ਗੱਲਾਂ ਇਹਨਾਂ ਨੇ ਦੱਸੀਆਂ, ਪੰਜਾਬ ਬਾਰੇ ਚਰਚਾ ਕੀਤੀ ਕਿ ਹਾਂ ਬੀਜੇਪੀ ਕਿਸ ਤਰ੍ਹਾਂ ਆਪਣੇ ਪੈਰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਨਾਲੇ 2024 'ਚ ਕਹਿ ਰਹੇ ਨੇ ਬੀਜੇਪੀ ਪੂਰਾ ਮੁਕਾਬਲਾ ਦੇ ਰਹੀ ਆ ਅਕਾਲੀ ਦਲ, ਕਾਂਗਰਸ ਅਤੇ ਆਮ ਆਦਮੀ ਪਾਰਟੀ ਨੂੰ। ਬਾਕੀ ਤੁਸੀਂ ਡਿਸਾਈਡ ਕਰਨਾ ਹੈ, ਤੁਸੀਂ ਫੈਸਲਾ ਕਰਨਾ ਹੈ ਅਤੇ ਹਾਂ ਅਸੀਂ ਵਾਰ ਵਾਰ ਹੀ ਕਹਿ ਰਹੇ ਹਾਂ, ਵੋਟ ਜ਼ਰੂਰ ਕਰੋ। ਬਾਕੀ ਤੁਸੀਂ ਇਸ ਇੰਟਰਵਿਊ 'ਤੇ ਕੀ ਕੁਛ ਕਹਿਣਾ ਚਾਹੋਗੇ ਕਮੈਂਟ ਕਰਕੇ ਜ਼ਰੂਰ ਦੱਸੋ। ਕੈਮਰਾ ਪਰਸਨ ਕੋਇਲ ਦੇ ਨਾਲ ਮੈਂ ਅਰਸ਼ਦੀਪ ਕੌਰ, ਪੰਜਾਬ ਤੱਕ। ਸਤਿ ਸ਼੍ਰੀ ਅਕਾਲ। ਥੈਂਕ ਯੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।